ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਲੋ ਜੀ, ਸਰੂਪੇ ਆ ਚੁੱਕੇ ਆ ਬੰਗਾ ਰੋਡ ਤੇ ਜੀ, ਬੰਗਾ ਰੋਡ ਤੇ ਅਜੇ ਤਾਂ ਦਿਖਾਵਾਂਗੇ ਪਿਓਰ ਡਿਸ਼ੀਨ ਦੇ ਸੂਟ ਜੀ, ਪਿਓਰ ਕਰੇਵ ਦੇ ਵਿੱਚ ਸੂਟ ਦਿਖਾਵਾਂਗੇ, ਜਿਹਨੂੰ ਕਹਿੰਦੇ ਟੋਟਲੀ ਹੈਂਡਵਰਕ ਕੀਤਾ ਤੇ ਦੁਪੱਟੇ ਵੀ ਨਾਲ ਆਊਗਾ ਚਨੋਨ ਦੇ। ਆ ਗਿਆ ਜੀ ਕਮਲ ਚਨੋਨ ਦੇ ਜੀ, ਆ ਲੋ ਜੀ ਪਿਓਰ ਜੋਰ ਜੱਟ ਦੇ ਵਿੱਚ। ਕੱਲ ਇਹਦਾ ਪਾਰਸਲ ਆਇਆ ਜੀ, ਕੱਲ ਸਾਰਾ ਹੀ ਸੇਲ ਹੋ ਚੁੱਕਾ ਜੀ, ਸਾਰਾ ਹੀ ਕਸਟਮਰ ਕਾਫੀ ਮੰਗ ਰਿਹਾ ਸੀਗਾ ਕਿ ਫੇਰ ਦੁਬਾਰਾ ਰਿਪੀਟ ਕੀਤਾ ਜਾਵੇ। ਵਾਈਟ ਦੇ ਨਾਲ ਬਲੈਕ ਤੇ ਬਲੈਕ ਨਾਲ ਵਾਈਟ ਜੀ, ਆ ਗਈ ਪੂਰੀ ਸ਼ਰਟ ਬਾਜੂ, ਆ ਨਾਲ ਆ ਗਿਆ ਦੁਪੱਟਾ। ਅੱਜ ਕਿੰਨੇ ਸੂਟ ਆਏ ਆ, ਸੂਟ ਗਣਾ ਦੋ ਇਹਦੀ, ਇੱਕ ਵਾਈਟ ਵੀ ਖੋਲ ਦੋ, ਵਾਈਟ ਖੋਲ ਦੋ, ਆ ਲੋ ਜੀ ਵਾਈਟ ਦੇ ਨਾਲ ਬਲੈਕ, ਬਲੈਕ ਨਾਲ ਵਾਈਟ ਜੀ। ਰੇਟ ਕੀ ਆ ਸਿਰਫ 1945 ਰੁਪਏ ਦੇ ਵਿੱਚ, ਨਹੀਂ 1949 ਦਾ ਜੀ। ਇਹ ਮਿਲਣਾ ਬੰਗਾ ਰੋਡ ਤੇ ਆ ਜੀ, ਗਿਣਤੀ ਦੇ ਪੀਸ ਬਣ ਕੇ ਆ 25, ਕਰ ਦੋ ਸਾਰੇ ਮੁਰੇ ਲਾ ਦੋ, ਆਲੇ 2, 3, 4, 5, 6, 7, 8, 9, 10, 11, 12, 13, 14, 15, 16 ਤੇ 17, 17 ਪੀਸ ਬਣ ਕੇ, ਕੋਈ ਵੀ ਆਓ ਬਲੈਕ, 18 ਪੀਸ ਬਣ ਕੇ ਆਇਆ ਸਿਰਫ 1949 ਰੁਪਏ ਦੇ ਵਿੱਚ ਜੀ। ਕੱਲ ਜਿੰਨੇ ਪੀਸ ਆਏ ਸਾਰੇ ਸੇਲ ਹੋ ਚੁੱਕੇ ਜੀ, ਹੁਣ ਫੇਰ ਦੁਬਾਰਾ ਰਿਪੀਟ ਤੇ ਮਾਲ ਆਇਆ ਸਿਰਫ 1949। ਆ ਖੋਲੋ ਇਹ ਚੱਕ ਦੋ ਜ਼ਰਾ, ਹੁਣ ਦਿਖਾਵਾਂਗੇ ਤੁਹਾਨੂੰ ਪਿਓਰ ਦੇ, ਪਿਓਰ ਦੇ ਸੂਟ ਜੀ, ਪਿਓਰ ਦੇ ਜਿਹਨੂੰ ਕਹਿੰਦੇ ਫੁੱਲ ਪਿਓਰ। ਇਧਰੋਂ ਖੋਲੋ ਨਾ, ਥੋੜਾ ਫਾਸਟ ਚੱਲੋ ਯਾਰ। ਜੈ ਬਾਬੇ ਦੀ ਜੀ, ਜੈ ਬਾਬੇ ਦੀ, ਜੈ ਬਾਬਾ ਸਿੱਧ ਜੋਗੀ। ਆ ਲੋ ਜੀ ਪਿਓਰ ਕਰੇਵ ਡਿਸ਼ੀਨ ਦੇ ਵਿੱਚ ਜੀ, 32 ਇੰਚ ਘੇਰਾ ਤਿਆਰ, ਵੱਡਾ ਘੇਰਾ ਤੇ ਵਰਕ ਬੜਾ ਹੀ ਪਿਆਰਾ ਕੀਤਾ ਹੋਇਆ ਜੀ, ਹੈਗਾ ਵੀ ਫੁੱਲ ਪਿਓਰ ਡਿਸ਼ੀਨ ਕਰੇਵ ਦੇ ਵਿੱਚ ਆ ਜੀ, ਤੇ ਦੁਪੱਟਾ ਨਾਲ ਆ ਜਾਣਾ ਫੋਰ ਸਾਈਡ, ਆ ਲੋ ਜੀ ਫੋਰ ਸਾਈਡ ਦੁਪੱਟੇ ਨਾਲ ਤੇ ਰੰਗਾ ਮੈਚਿੰਗ, ਇੱਕ ਤੋਂ ਇੱਕ ਵੱਧ ਗਏ ਜੀ। ਇਹ ਆਸ਼ੂ ਦੀ ਹੱਟੀ ਆਈ, ਡੇਲੀ ਪਾਰਸਲਾਂ ਦੇ ਪਾਰਸਲ ਆਉਂਦੇ ਪਏ ਡੇਲੀ। ਇਹਦੇ ਰੰਗ ਦਿਖਾਓ ਜੀ, ਉਹ ਪਰੇ ਪਏ, ਥੋੜੀ ਫੁਰਤੀ ਮਾਰ ਕਰ, ਹੌਲੀ ਨਾ ਚੱਲ। ਆ ਲੋ ਜੀ ਜਾਮਨੀ ਕਲਰ ਹੱਟੀ ਆ, ਮੋਰ ਪੰਖੀਆ ਕਲਰ ਆ ਗਿਆ ਜੀ, ਬਲੈਕ ਕਲਰ ਤੇ ਰੋਇਲ ਬਲੂ, ਚਾਹੇ ਇੱਕ ਨਾਲ ਦੇ 2 ਲੈ ਲਓ, ਚਾਹੇ ਲੈ ਲਓ 3 ਤੇ ਚਾਹੇ ਲੈ ਲਓ 4। ਆ ਲੋ ਜੀ ਰੇਟ ਕੀ ਆ, ਉਹਦਾ ਰੇਟ ਹੈਗਾ 10,500, ਆਪਾਂ ਦੇ ਦੇਣਾ ਸਿਰਫ 5490 ਰੁਪਏ ਦੇ ਵਿੱਚ ਜੀ। ਚਲੋ ਆ ਲੋ ਜੀ ਆ ਵੀ ਮਿਲਣਾ ਤੁਹਾਨੂੰ ਪਿਓਰ ਡਿਸ਼ੀਨ ਕਰੇ ਦੇ ਜੀ। ਸਤਿ ਸ਼੍ਰੀ ਅਕਾਲ ਜੀ, ਪੂਰਾ ਫਰੰਟ ਹੈ ਵੀ ਜੀ, ਪੂਰਾ ਫਰੰਟ ਜਿਹਨੂੰ ਕਹਿੰਦੇ ਬਣਿਆ ਹੋਇਆ, ਆ ਇਹਨੇ ਬਾਜੂ ਨਾਲ ਫੜ ਰਹੂ, ਇਹਦਾ ਮਜ਼ਾ ਨਹੀਂ ਆਉਂਦਾ ਉਹ ਫੜ। ਆ ਲੋ ਜੀ ਫਰੰਟ ਹੈ ਵੀ, ਪੂਰਾ ਦੁਪੱਟਾ ਹੈ ਵੀ, ਬੋਟਮ ਦੇ ਵਰਕ ਹੈਗਾ, ਆ ਲੋ ਬੋਟਮ ਦੇ ਵਰਕ ਵੀ ਆਈ,
ਇਧਰ ਇਹ ਸਰੂਪੇ ਕਿੱਥੋਂ ਮਿਲਨੇ ਆ? ਬੰਗਾ ਰੋਡ ਤੋਂ ਜੀ, ਬੰਗਾ ਰੋਡ ਤੋਂ। ਚਲੋ ਥੋੜਾ ਫਾਸਟ ਚਲੋ, ਵਰਾਇਟੀ ਬਹੁਤ ਆਈ ਆ, ਅੱਜ ਵਰਾਇਟੀ ਦਿਖਾਵਾਂਗੇ। ਚਮ ਚਮ ਕਰਦੇ ਪੀਸ ਕਿੱਥੋਂ ਮਿਲਨੇ ਆ? ਬੰਗਾ ਰੋਡ ਤੋਂ। ਆ ਲੋ ਮਜੰਟਾ ਕਲਰ, ਫੋਰ ਸਾਈਡ ਦੁਪੱਟਿਆਂ ਨਾਲ ਜੀ, ਫੋਰ ਸਾਈਡ ਦੁਪੱਟਿਆਂ ਨਾਲ। ਆ ਦੇਖੋ ਵਰਕ, ਇਹਨੂੰ ਕਹਿੰਦੇ ਆ ਮਿਹਨਤਾਂ, ਟੋਟਲੀ ਹੈਂਡ ਵਰਕ ਦੇ ਵਿੱਚ ਆਈ, ਟੋਟਲ ਹੈਂਡ ਵਰਕ ਦੇ ਵਿੱਚ, ਤੇ ਪੂਰਾ ਦੁਪੱਟਾ ਵੀ ਹੈਵੀ ਆ, ਫੋਰ ਸਾਈਡ। ਵਧੀਆ ਜੀ ਵਧੀਆ। ਰਵਿੰਦਰ ਕੌਰ ਜੀ ਵਧੀਆ, ਤੁਸੀਂ ਸੁਣਾਓ? ਆ ਦੇਖੋ ਦੁਪੱਟਾ ਨਾਲ ਪੂਰਾ ਚਮ ਚਮ ਕਰਦਾ ਦੁਪੱਟਾ, ਵਿਦ ਪੇਸਟਿੰਗ ਵੀ ਨਾਲ ਲੱਗੀ ਆ, ਐਨ ਪੂਰੀ ਸਫਾਈ ਦੇ ਨਾਲ ਤਿਆਰ ਕੀਤਾ ਜੀ ਆਲਾ ਸੂਟ, ਪੂਰਾ ਦੁਪੱਟਾ ਹੈਵੀ। ਤੇ ਰੇਟ ਕੀ ਆ? 35-40 ਆ ਨੀ ਰੇਟ ਆਪਾਂ ਦੇਣਾ, 16,390 ਰੁਪਏ ਦੇ ਵਿੱਚ ਜੀ। ਇਹ ਬੰਗਾ ਰੋਡ ਆਸ਼ੂ ਦੀ ਹੱਟੀ ਆ ਜੀ, ਮਿੱਲਾਂ ਨਾਲੋਂ ਘੱਟ ਰੇਟ ਦਿੰਦੇ ਵੇ, ਮਿੱਲਾਂ ਨਾਲੋਂ ਘੱਟ ਰੇਟ। ਆ ਲੋ ਭਾਈ ਆ ਗਈ ਲੈ, ਹੁਣ ਦਸ ਬੈਡ ਸ਼ੀਟਾਂ ਦਸ। ਇੱਕ ਪੀਸ ਖੋਲ ਕੇ ਦਿਖਾ ਦੋ ਭਾਈ, ਇੱਥੇ ਲੈਣ ਲੱਗੇ ਆ ਵੱਡੀ ਤੋਂ ਵੱਡੀ ਆਫਰ ਜੀ, 680 ਰੁਪਏ ਦੀ ਬੈਡਸ਼ੀਟ ਆ, 4500 ਦੀਆਂ ਸਾਰੀਆਂ, 4500 ਦੀਆਂ ਸਾਰੀਆਂ, ਮਤਲਬ 900 ਦੀਆਂ ਦੋ ਗਈਆਂ। ਲੋ ਜੀ ਸਾਈਜ਼ ਕਿੰਗ, ਕੱਪੜਾ ਜਿੱਦਾਂ ਮਰਜ਼ੀ, ਬੱਚੇ ਨੱਚੀ ਟੱਪੀ ਜਾਣ, ਪੂਰਾ ਕਿੰਗ ਸਾਈਜ਼ ਆ ਜੀ, ਪੂਰਾ ਕਿੰਗ ਸਾਈਜ਼, ਨਾ ਰੰਗ ਖਰਾਬ ਹੋਣਾ ਨਾ ਕੱਪੜਾ ਇਕੱਠਾ ਹੀ ਹੋਣਾ, ਵਿਦ ਪਿਲੋ ਕਵਰ ਨਾਲ ਆ ਜੀ, ਵੱਡੇ ਪਿਲੋ ਕਵਰ, ਵਧੀਆ ਕੁਆਲਿਟੀ, ਭਾਰੀ ਕੁਆਲਿਟੀ ਆ, ਜੀਨ ਟੈਪ ਕੱਪੜਾ, ਜੀਨ ਟੈਪ ਬਾਈ, ਕੱਪੜਾ ਬਹੁਤ ਸੋਹਣਾ, ਹਿੱਲੀ ਨੀ ਜਦੋਂ ਬੈਡ ਤੋਂ, 4500 ਦੇ 10 ਦੇ 10 ਪੀਸ ਗਿਣਤੀ ਦੇ 10 ਪੀਸ ਆ, 4500 ਦੇ 10, ਮਤਲਬ 450 ਰੁਪਏ ਦੀ ਪੈ ਗਈ। ਆਇਓ ਇਹਨਾਂ ਨੇ ਕੀਤਾ ਹੋਇਆ ਮਾਲਟਾ ਪੈਰਟ ਦੇ ਮਾਲਟਾ, ਉਧਰ ਯੈਲੋ ਮਜੰਟਾ, ਆ ਚੱਕੋ, ਇੱਕ ਜਣਾ ਮਾਲਟਾ ਖੋਲੂਗਾ ਕਹਿੰਦਾ, ਇੱਕ ਜਣਾ ਔਰੇਂਜ, ਲੜੀ ਹੋਣਾ ਆਪ ਹੀ ਖੋਲੋ, ਕਿਹੜੇ ਕਿਹੜੇ ਰੰਗ ਖੋਲਦੇ, ਲੜੀ ਹੋਣਾ, ਆ ਨਾਲ ਲਾ ਦੋ। ਆ ਲੋ ਜੀ ਰਘੂ ਭਾਈ ਕਹਿੰਦੇ ਮੈਂ ਖੋਲਣਾ ਅਪਲਾ ਦੂਨ ਕਲਰ, ਆ ਕਹਿੰਦੇ ਆ ਮਾਲਟਾ ਖੋਲਣਾ, ਇਹ ਤੁਹਾਡੇ ਲਈ ਹੈ, ਤੁਸੀਂ ਲੈ ਜਾਓ ਆ ਕੇ ਰਵਿੰਦਰ ਕੌਰ ਜੀ ਧਨੀ ਪਿੰਡ ਵਾਲੇ। ਆ ਦੇਖੋ ਅੱਜ ਇਹਨਾਂ ਨੇ ਲਾਇਆ ਵਾ ਮਾਲਟਾ ਤੇ ਅਪਲਾ ਦੂਨ ਕਲਰ, ਦੁਪੱਟੇ ਨਾਲ ਹੈਵੀ ਪਿਓਰ ਟਸ਼ੀਨ ਕਰੇ ਦੇ ਵਿੱਚ, ਵਰਕ ਹੀ ਬੜਾ ਪਿਆਰਾ ਜੀ, ਬੜਾ ਹੀ ਪਿਆਰਾ ਵਰਕ। ਇੱਧਰ ਰਘੂ ਭਾਈ ਲੈ ਗਏ ਆ ਔਰ ਗੰਜਾ ਟਿਸ਼ੂ ਦੇ, ਤੇ ਵਰਕ ਇਹਨਾਂ ਬਰੀਕੀ ਆਣਾ ਜੀ, ਕਾਰੀਗਰ ਦੀਆਂ ਅੱਖਾਂ ਹੀ ਰਹਿ ਗਈਆਂ, ਪਿੱਟਾ ਵਰਕ ਦੇ ਦੁਪੱਟਾ, ਉਤੋਂ ਵੀ ਜਿਆਦਾ ਪਿਆਰਾ ਜੀ, ਪਿਓਰ ਆਏ ਬਾਜੂ ਨਾਲ, ਤੇ ਰੇਟ ਕੀ ਦੇ ਦੇਣਾ? ਪਿਓਰ ਟਸ਼ੀਨ ਕਰੇ ਦੀ ਸਲਵਾਰ ਆ, 10,500 ਵਾਲਾ, 6,400 ਰੁਪਏ ਦੇ ਵਿੱਚ ਜੀ, 10 ਜਦਰਾ ਹੋਈ ਹੈ ਕਹਿੰਦੇ ਮੇਰੇ ਲਈ ਰੱਖ ਲਓ, ਰੱਖ ਲੈਣੇ ਆ ਜੀ। ਆ ਦੇਖੋ ਪੀਸ ਇਹਨਾਂ ਦੇ ਆਏ ਨੇ ਬਿਲਕੁਲ ਡਿਫਰੈਂਟ, ਬਿਲਕੁਲ ਜਿੰਨੇ ਕਹਿੰਦੇ ਡਿਫਰੈਂਟ ਪੀਸ ਆਈ, ਪੂਰਾ ਹੈਵੀ ਫਰੰਟ ਬਣਿਆ, ਪੂਰਾ ਹੈਵੀ, ਤੇ ਜਿਹੜਾ ਇਹ ਵਰਕ ਕੀਤਾ ਬੜਾ ਹੀ ਪਿਆਰਾ ਵਰਕ ਆਈ,
ਆ ਜਾਣੇ ਬਾਜੂ ਤੇ ਨਾਲ ਆ ਜਾਣਾ ਦੁਪੱਟਾ ਪੂਰਾ ਫੋਰ ਸਾਈਡ ਜੀ, ਪੂਰਾ ਫੋਰ ਸਾਈਡ। ਪ੍ਰਾਈਜ਼ ਕੀ ਹੈ ਇਹਦਾ? 21,000 ਰੁਪਏ ਵਾਲਾ ਆਪਾਂ ਦੇਣਾ 13,945 ਰੁਪਏ ਦੇ ਵਿੱਚ ਜੀ। ਓਏ ਹੋਏ ਦੁਪੱਟਾ ਚੱਦਰ ਦੇ ਸਾਈਜ਼ ਦਾ ਦੁਪੱਟਾ ਗੋਟਾ ਪੱਟੀ ਵਰਕ ਦੇ ਵਿੱਚ ਜੀ, ਗੋਟਾ ਪੱਟੀ ਵਰਕ ਦੇ ਵਿੱਚ, ਗੋਟਾ ਪੱਟੀ ਵਰਕ ਆ ਜੀ, ਗੋਟਾ ਪੱਟੀ ਵਰਕ ਪੂਰਾ ਦੁਪੱਟਾ ਹੈ ਵੀ, ਪੂਰਾ ਜਿਹਨੂੰ ਕਹਿੰਦੇ ਜਾਲ ਦੁਪੱਟਾ। ਇਹ ਨਹੀਂ ਕਿ ਦੁਪੱਟਾ ਛੋਟਾ ਸਾਈਜ਼, ਪੂਰਾ ਫੁੱਲ ਸਾਈਜ਼ ਦੁਪੱਟਾ। ਗੁੱਡ ਮਾਰਨਿੰਗ ਜੀ, ਮੰਗਲ ਸਿੰਘ ਮੰਗਲ। ਆ ਐਨੀ ਸ਼ਰਟ ਇੱਧਰ ਧਿਆਨ ਦੇ ਸਾਹਿਬ, ਇਹ ਆ ਗਈ ਪਿਓਰ ਕਰੇਵ ਮਸ਼ੀਨ ਦੇ ਵਿੱਚ। ਉਹਦਾ ਪ੍ਰਾਈਜ਼ ਇਹਦਾ ਹੈਗਾ 22,000, ਆਪਾਂ ਦੇ ਦੇਣਾ 18,800 ਰੁਪਏ ਦੇ ਵਿੱਚ। ਆ ਲਓ ਜੀ, ਇੱਕ ਉਹ ਲਾਈਟ ਰੰਗ ਆਇਆ ਚੱਕ ਕੇ ਲੈ, ਪਹਿਲੀ ਲੈਣ ਉਹ ਪਹਿਲੀ ਲੈਣ। ਆ ਲਓ ਜੀ, ਮਾਲਟਾ ਔਰੰਜ ਦੇ ਨਾਲ ਮਜੰਟਾ ਦਾ ਕੰਟਰਾਸਟ ਦੁਪੱਟੇ ਦੇ ਵਿੱਚ, ਗੋਟਾ ਪੱਟੀ ਵਰਕ ਆ ਜੀ, ਗੋਟਾ ਪੱਟੀ ਵਰਕ ਆ ਗਿਆ ਟੋਟਲ ਬਾਜੂ ਦੇ ਵਰਕ, ਪੂਰਾ ਫਰੰਟ ਬਣਿਆ। ਰੇਟ ਕੀ ਆ? 19,000 ਵਾਲਾ 10,600 ਰੁਪਏ ਦੇ ਵਿੱਚ ਜੀ। ਚਲੋ ਫਟਾਫਟ ਖੋਲੋ ਭਾਈ। ਆ ਲਓ ਜੀ, ਹੁਣ ਆ ਗਿਆ ਪੈਰਟ ਕਲਰ, ਚਾਹੇ ਇੱਕੋ ਨਾਲ ਦੇ 20 ਲੈ ਲਓ, ਚਾਹੇ 30 ਲੈ ਲਓ। ਇਹ ਆਸ਼ੂ ਦੀ ਹੱਟੀ ਆ ਜੀ। ਆ ਗਿਆ ਡਿਜ਼ਾਇਨਿੰਗ, ਦੇਖੋ ਇਹਦਾ ਡਿਜ਼ਾਇਨਿੰਗ। ਆ ਦੇਖੋ ਬਾਜੂ ਦੀ ਡਿਜ਼ਾਇਨਿੰਗ, ਉਦਾ ਰੇਟ ਹੈਗਾ 20,100, ਆਪਾਂ ਦੇ ਦੇਣਾ 13,900 ਰੁਪਏ ਦੇ ਵਿੱਚ। ਆਹ ਦੁਪੱਟਾ ਨਾਲ ਆ ਜਾਣਾ ਜੀ, ਆ ਦੇਖੋ ਅੰਬ ਤੇ ਖੈਰੀ ਅੰਬੀ। ਆ ਲਓ ਜੀ, ਅੰਬ ਤੇ ਅੰਬੀ ਜਿਹੜਾ ਆਹ ਵਰਕ ਕੀਤਾ ਹੋਇਆ ਨਾ, ਇੱਥੇ ਬਹੁਤ ਮਿਹਨਤ ਆਉਂਦੀ ਆ ਜੀ। ਆ ਕੱਟ ਵਰਕ ਕਰਕੇ ਫਿਰ ਚੇਂਜ ਕਰਨਾ, ਫਿਰ ਪੜਲ ਲਾਣੇ ਪੂਰੇ ਦੁਪੱਟੇ ਦੇ ਵਿੱਚ। ਚਲੋ ਜੀ, ਆ ਲਓ ਜੀ ਗੋਟਾ ਪੱਟੀ, ਇਹਨੂੰ ਕਹਿੰਦੇ ਆ ਗੋਟਾ ਪੱਟੀ, ਗੋਟਾ ਪੱਟੀ ਆਸ਼ੂ ਦੀ ਹੱਟੀ। ਆਹਾਂ ਚਲੀ ਆਸ਼ੂ ਦੀ ਹੱਟੀ ਚਲੀ ਜੀ। ਆ ਦੇਖੋ ਨਾਲ ਦੁਪੱਟਾ ਸਾਰਾ ਹੀ ਕਟਵਰਕ ਕੀਤਾ ਹੈ ਦੁਪੱਟੇ ਦੇ ਜੀ, ਆ ਵਿੱਚ ਸਾਰੇ ਹੀ ਗੋਟਾ ਪੱਟੀ। ਤੇ ਰੇਟ ਕੀ ਆ? ਉਦਾਂ ਹੈਗਾ 35,000, ਆਪਾਂ ਦੇ ਦੇਣਾ 15,200 ਰੁਪਏ ਦੇ ਵਿੱਚ ਜੀ। ਬਾਜੂ ਦੇ ਵਰਕ ਵੀ ਆ ਜੀ, ਤੁਸੀਂ ਅਗਲੇ ਧਿਆਨ ਨਾਲ ਹੀ ਕਰਿਆ ਕਰੋ ਬਾਈ, ਵਰਾਇਟੀ ਬਹੁਤ ਖਾਣ ਵਾਲੀ ਅੱਜ। ਤੁਸੀਂ ਯੈਲੋ ਯੈਲੋ ਖੋਲੋ ਬਾਈ, ਆ ਲੋ ਪਿੰਜਰਾ। ਆ ਤਾਂ ਆਸ਼ੂ ਦੀ ਹੱਟੀ ਦੀ ਜਾਨ ਹੀ ਆਈ, ਜਾਨ ਜਿਹਨੂੰ ਕਹਿੰਦੇ ਜਾਨ ਡੇਲੀ ਭਾਜੀ 20 ਤੋਂ ਉੱਪਰ ਵੀ ਸੰਦੇ ਭਾਜੀ 20-100 ਤੋਂ ਉੱਪਰ ਦੀ ਗੱਲ ਕਰੋ ਬਾਈ, 100 ਤੋਂ ਉੱਪਰ ਦੀ। ਹੁਣੀ ਕਹੋਗੇ ਔਰੇਂਜ 20 ਚਾਹੀਦਾ, ਹੁਣੀ ਔਰੇਂਜ ਵੀ ਮਿਲ ਜੂਗਾ ਜੀ। ਆ ਗਿਆ ਫਰੰਟ ਜੀ, ਆ ਗਏ ਬਾਜੂ, ਆ ਜਾਣੀ ਬੋਟਮ ਜੀ ਮੇਨ ਚੀਜ਼, ਤੇ ਨਾਲ ਦੁਪੱਟਾ ਆ ਜਾਣਾ ਪੂਰਾ ਫੋਰ ਸਾਈਡ ਦੁਪੱਟਾ ਜੀ। ਰੇਟ ਕੀ ਆ? ਸਿਰਫ 8,190 ਰੁਪਏ ਦੇ ਵਿੱਚ ਜੀ। ਆ ਲੋ ਜੀ, ਇੱਧਰ ਇਹਨਾਂ ਨੇ ਵੀ ਪੂਰੀ ਚਮਚਮ ਲਾਈ ਆ ਕਰਨ ਭਾਈ ਨੇ, ਘੇਰਾ ਪਲੱਸ ਬਾਜੂ ਤੇ ਨਾਲ ਆ ਜਾਣਾ ਦੁਪੱਟਾ ਪੂਰਾ ਫੋਰ ਸਾਈਡ ਵਿਦ ਜਾਲ ਦੁਪੱਟਾ ਜੀ, ਫੋਰ ਸਾਈਡ ਵਿਦ ਜਾਲ ਪੂਰਾ ਹੈਵੀ ਦੁਪੱਟਾ। ਇਹੀ ਵੱਡੇ ਵੱਡੇ ਸ਼ੋਰੂਮ ਆ ਕੋਈ 40,000, 45,000, 42,000। ਇਹ ਆਸ਼ੂ ਦੀ ਹੱਟੀ ਆਈ ਹੈ ਤੇ 500 ਵਾਲੇ ਸੂਟ ਦਾ ਵੀ ਰੇਟ ਬੋਲ ਕੇ ਪਾਣਾ, ਤੇ 17,600 ਵਾਲੇ ਦਾ ਵੀ ਬੋਲ ਕੇ ਪਾਣਾ। ਆ ਲੋ ਜੀ ਔਰੰਜ, ਮਾਲਟਾ ਔਰੰਜ, ਹੁਣ ਜੈਲੋ ਵੀ ਦਿਖਾ ਦੋ ਸੋਨੂੰ ਭਾਈ, ਤੁਸੀਂ ਜੈਲੋ ਖੋਲੋ।
ਜੈਲੋ ਮੇਂਟਾ ਖੋਲੋ ਹੁਣ ਆ ਲੋ ਜੀ ਇਹਦਾ ਰੇਟ ਕੀ ਆ 5464 ਰੁਪਏ ਦੇ ਵਿੱਚ ਜੀ ਫੁੱਲ ਪਿਓਰ ਕਰੇਪ ਮਸ਼ੀਨ ਦੇ ਵਿੱਚ ਤੇ ਦੁਪੱਟਾ ਨਾਲ ਹੈਗਾ ਫੋਰ ਸਾਈਡ ਆ ਲੋ ਜੀ ਸ਼ਮਾਏ ਬੇਸ ਤੇ ਆ ਚੁੱਕਾ ਡਬਲ ਸ਼ੇਡਿੰਗ ਦੇ ਵਿੱਚ ਰੇਟ ਕੀ ਆ 3240 ਰੁਪਏ ਦੇ ਵਿੱਚ ਜੀ ਆ ਲੋ ਜੀ ਯੈਲੋ ਯੈਲੋ ਕਰ ਛੱਡੀ ਇਹਨਾਂ ਯੈਲੋ ਯੈਲੋ ਵੀ ਸਕਦੇ ਸੂਟ ਦਾ ਨਾਂ ਹੈਗਾ ਯੈਲੋ ਤੇ ਆਸ਼ੂ ਦੀ ਹੱਟੀ ਦੇ ਆ ਗਏ ਲੈ ਲੋ ਹਾਂਜੀ ਹਾਂਜੀ ਮੀਡੀਅਮ ਰੇਂਜ ਦੇ ਦਿਖਾ ਦਿੰਦੇ ਆ ਜੀ ਵੇਟ ਕਰੋ ਬਸ ਥੋੜੇ ਆ ਕਾਫੀ ਕਸਟਮਰਾਂ ਦੇ ਫੋਨ ਆਉਂਦੇ ਸੀ ਲਾਈਵ ਦੇ ਵਿੱਚ ਜਿਹਦਾ ਵਰਾਇਟੀ ਦਿਖਾਓ ਹੈਵੀ ਦੇ ਵਿੱਚ ਕਈਆਂ ਦੇ ਮੈਰਿਜ ਹੈਗੀ ਆ ਕਈਆਂ ਦੇ ਹੋ ਚੁੱਕੀ ਆ ਉਹਨਾਂ ਨੇ ਤਾਂ ਵੀ ਸ਼ੋਪਿੰਗ ਸਾਡੇ ਤੋਂ ਕਰਦੇ ਪਏ ਆ ਜੀ 9850 ਰੁਪਏ ਦੇ ਵਿੱਚ ਕੇਰਾ ਅਲੀ ਸ਼ਾਨ ਤੇ ਦੁਪੱਟਾ ਫੜਿਓ ਭਾਈ ਦੁਪੱਟਾ ਆ ਗਿਆ ਦੁਪੱਟਾ ਨਾਲ ਆ ਲੋ ਜੀ ਪੈਰਟ ਕੇਰਾ ਦੇਖੋ ਕੇਰਾ ਟੋਟਲੀ ਹੈਂਡਵਰਕ ਦੇ ਵਿੱਚ ਆਈ ਟੋਟਲ ਹੈਂਡਵਰਕ ਦੇ ਵਿੱਚ ਆ ਇਹਨਾਂ ਦੁਪੱਟਾ ਬਨਾਰਸੀ ਬੇਸ ਦੇ ਵਿੱਚ ਤੇ ਰੇਟ ਕੀ ਆ ਇਹਦਾ ਸਿਰਫ 9320 ਰੁਪਏ ਦੇ ਵਿੱਚ ਜੀ ਓਏ ਹੋਏ ਹੋਏ ਯੈਲੋ ਔਰੰਜ ਪੈਰਟ ਮਜੈਂਟਾ ਆ ਲੋ ਜੀ ਪੜ ਲੋ ਜਿਹਨੂੰ ਕਹਿੰਦੇ ਕੱਲਾ ਕੱਲਾ ਮੋਤੀ ਲਗਾ ਜਿਹੜਾ ਸਮੁੰਦਰ ਚੋਂ ਕੱਢ ਕੇ ਲਿਆ ਜਾਂਦਾ ਨਾ ਜਾਈ ਆਸ਼ੂ ਦੀ ਹੱਟੀ ਤੇ ਮਸਤ ਬਣਾ ਦੇਣਗੇ ਗਾਹਕ ਬਣਾ ਲੈਣਗੇ ਬੀਬਾ 12500 ਵਾਲਾ 7500 ਰੁਪਏ ਦੇ ਵਿੱਚ ਜੀ ਆ ਲੋ ਇੱਕੋ ਸੂਟ ਪਿਆ ਵਾ ਪਿਓਰ ਟਸ਼ੀਨ ਗਰੇਵ ਦੇ ਵਿੱਚ ਜਿਹਨੂੰ ਕਹਿੰਦੇ ਓਰੀਜਨਲ ਦਬਕੇ ਦਾ ਕੰਮ ਹੋਇਆ ਓਰੀਜਨਲ ਦਬਕੇ ਦਾ ਕੰਮ ਉਦਾਂ ਰੇਟ ਇਹਦਾ ਹੈਗਾ 45500 ਦੁਪੱਟਾ ਦਿਖਾਓ ਪਹਿਲੀ ਪਹਿਲੋਂ ਸੂਟ ਬਣ ਕੇ ਆਇਆ ਸਿੰਗਲ ਪੀਸ ਜਿੱਦਾਂ ਪਹਿਲੋਂ ਕਢਾਈਆਂ ਚੱਲਦੀਆਂ ਹੁੰਦੀਆਂ ਸੀ ਹਨਾ ਸੇਮ ਉਦਾਂ ਦੀ ਕਢਾਈ ਆਈ ਆ ਤੇਰਾ ਰੇਟ ਦੱਸੋ ਕਮੈਂਟ ਕੀ ਹੋਣਾ ਚਾਹੀਦਾ ਪਿਓਰ ਜ਼ੋਰ ਜੱਟ ਦਾ ਦੁਪੱਟਾ ਜੀ ਪਿਓਰ ਜ਼ੋਰ ਜੱਟ ਦਾ ਦੁਪੱਟਾ ਰੇਟ ਕੀ ਹੈ ਇਹਦਾ ਸਿਰਫ ਰੇਟ ਦੱਸ ਦੋ ਬਹੁਤ ਹੀ ਘੱਟ ਰੇਟ ਆ ਜੀ ਇਹਦਾ ਰੇਟ ਹੈਗਾ ਸਿਰਫ 2500 ਰੁਪਏ ਦੇ ਵਿੱਚ ਸਾਰਾ ਹੀ ਹੈਂਡਵਰਕ ਕੀਤਾ ਹੈ ਸਾਰਾ ਇਹਦਾ ਵਿਕ ਗਿਆ ਭਾਈ ਰੱਖ ਲਓ ਆ ਲੋ ਜੀ ਘੇਰਾ ਬੜਾ ਹੀ ਪਿਆਰਾ ਘੇਰਾ ਬਣਿਆ ਬੜਾ ਹੀ ਪਿਆਰਾ ਘੇਰਾ ਜਿੱਦਾਂ ਘੇਰੇ ਦੇ ਵਰਕ ਆ ਸੇਮ ਉਦੀ ਬਾਜੂ ਕੱਢੇ ਹੋਏ ਆ ਤੇ ਨਾਲ ਦੁਪੱਟਾ ਹੈ ਨਾ ਪ੍ਰਿੰਟਿੰਗ ਦੇ ਵਿੱਚ 7 ਰੰਗ ਦਾ ਦੁਪੱਟਾ ਜੀ ਫੋਰ ਸਾਈਡ ਦੁਪੱਟਾ ਬਣਿਆ ਪੂਰਾ ਫੋਰ ਸਾਈਡ ਤੇ ਰੇਟ ਕੀ ਆ ਸਿਰਫ 9900 ਰੁਪਏ ਦੇ ਵਿੱਚ ਜੀ ਆ ਲੋ ਜੀ ਵੈਲਵਟ ਦੇ ਦੁਪੱਟੇ ਦੇ ਨਾਲ ਵੈਲਵਟ ਦੇ ਦੁਪੱਟੇ ਦੇ ਨਾਲ ਪੀਸ ਬਣ ਗਿਆ ਵੈਲਵਟ ਦੁਪੱਟੇ ਨਾਲ ਸਭ ਇਸ ਤੋਂ ਬਾਅਦ ਉਹ ਪੀਸ ਖੋਲੀ ਕਿਹੜਾ ਪਾਰਸਲ ਆ ਉਹ ਸੂਟ ਪਰੇ ਕਰਦੀ ਤੇ ਥੱਲੇ ਕਿਹੜਾ ਪਾਰਸਲ ਪਿਆ ਸਾਰੇ ਸੂਟ ਖੋਲ ਕੇ ਰੱਖ ਮੈਂ ਆ ਗਿਆ ਸਿਰਫ 10800 ਰੁਪਏ ਦੇ ਵਿੱਚ ਇੱਕ ਤੁਹਾਡਾ ਮੈਂ ਹੋਰ ਫਾਇਦਾ ਕਰਾਉਣਾ ਆ ਪਰੇ ਕਰਦੇ ਸਾਰੇ ਪਰੇ ਕਰਦੇ ਆ ਲੋ ਜੀ ਔਰੰਜ ਕਲਰ ਸਾਰਾ ਹੀ ਦਬਕੇ ਦਾ ਕੰਮ ਕੀਤਾ ਸਾਰਾ ਹੀ ਦਬਕੇ ਦਾ ਕੰਮ ਹੋਇਆ ਜਿਹਨੂੰ ਕਹਿੰਦੇ ਪਿੱਤਾ ਵਰਕ ਬਾਜੂ ਵੀ ਪੂਰੇ ਹੈਵੀ ਆ ਪੂਰੇ ਬਾਜੂ ਆ ਬਾਜੂ ਤਾਂ ਸਹੀ ਸਹੀ ਕਰੋ ਆ ਇਹਨੇ ਬਾਜੂ ਤੇ ਆ ਇਹਨਾ ਦੁਪੱਟਾ ਨਾਲ ਪੂਰਾ ਫੋਰ ਸਾਈਡ ਏਦਾਂ ਦੇ ਸਰੂਪੇ ਮਿਲਣੇ ਆ ਤੁਹਾਨੂੰ ਬੰਗਾ ਰੋਡ ਤੇ
ਆ ਲੋ ਯੈਲੋ ਕਲਰ ਦੇ ਵਿੱਚ ਪੂਰਾ ਫਰੰਟ ਹੈਵੀ, ਪੂਰਾ ਜਿਹਨੂੰ ਕਹਿੰਦੇ ਫਰੰਟ ਹੈਵੀ ਬਣਿਆ, ਸਾਹ ਸਾਰੇ ਖੋਲਦੇ। ਹੁਣ ਤੁਹਾਨੂੰ ਯੈਲੋ ਮਜੈਂਟਾ ਇੱਦੀ ਨਿਗਾਹ ਕਰਾ ਦੇਣਾ, ਆ ਬਈ ਸਾਰੇ ਇੱਦੀ ਰੱਖੀ ਹੋ, ਔਰੰਜ ਯੈਲੋ ਮਜੈਂਟਾ ਫਰੋਜ਼ੀ ਇੱਦੀ ਲਾ ਦੋ ਬਈ। ਆ ਲੋ ਇੱਧਰ ਇਹਨਾਂ ਨੇ ਯੈਲੋ ਯੈਲੋ ਕੀਤੀ ਬਈ, ਯੈਲੋ ਯੈਲੋ। ਇੱਧਰ ਇਹਨਾਂ ਨੇ ਔਰੰਜ ਕਲਰ, ਰਸਟ ਕਲਰ। ਆ ਦੇਖੋ ਦੁਪੱਟਾ ਵੀ ਬੜਾ ਹੀ ਪਿਆਰਾ ਹੈ ਦੁਪੱਟਾ ਜੀ। ਆ ਖੁੱਲੀ ਵੀ ਸਿੱਖ ਸੁਣ ਵੀ ਦੇਖੋ ਅੰਦਰ ਭੇਜੀ ਨੂੰ। ਆ ਲੋ ਮਜੈਂਟਾ ਕਲਰ, ਆ ਰੇਟ ਜੇ ਕਲੋ ਰੇਟ 2490 ਰੁਪਏ ਦੇ ਵਿੱਚ ਜੀ। ਆ ਦੇਖੋ ਮਲਟੀ ਦੁਪੱਟਿਆਂ ਨਾਲ ਰੇਟ ਕੀ ਆ 2160, ਦੁਪੱਟਾ ਤੇਰਾ ਸੱਤ ਰੰਗ ਦਾ। ਆ ਲੋ ਯੈਲੋ ਮਜੈਂਟਾ ਔਰੰਜ, ਹੁਣ ਵੀ ਮੀਂਹ ਪਾਓ। ਆ ਲੋ ਹੁਣ ਪੈ ਲੱਗਾ ਤੁਹਾਡੇ ਮੋਹਰੇ ਮੀਂਹ, ਇੱਕੋ ਨਾਲ ਦੇ ਜਿੰਨੇ ਮਰਜ਼ੀ। ਆ ਲੋ ਇੱਕੋ ਨਾਲ ਦੇ ਜਿੰਨੇ ਮਰਜ਼ੀ ਲੈ ਲਓ ਪੰਗਾ ਰੋਡ ਤੋਂ ਜੀ। ਆ ਲੋ ਔਰੰਜ ਔਰੰਜ ਹੀ ਲਾਈ ਹੋਈ ਹੈ ਇਹਨਾਂ ਨੇ, ਔਰੰਜ ਔਰੰਜ। ਆ ਦੇਖੋ ਪੀਸ, ਮੈਂ ਕਿਹਾ ਏਦਾਂ ਦੇ ਪੀਸ ਮਿਲਣੇ ਕਿਤੋਂ। ਆ ਲੋ ਸਾਰਿਆਂ ਦੇ ਅਲੱਗ ਅਲੱਗ ਰੇਟ ਆ ਜੀ, ਕੋਈ 2490, ਕੋਈ 9800 ਰੁਪਿਆ, ਕੋਈ 15000। ਆ ਭਾਈ ਮੀਂਹ ਪਾਤਾ ਭਾਈ, ਯੈਲੋ ਯੈਲੋ ਮਜੈਂਟਾ ਮਜੈਂਟਾ ਕਰ ਛੱਡੀ ਇਹਨਾਂ ਨੇ। ਜਿਹੜਾ ਕਿ ਕਹਿੰਦੇ ਆ ਲਹਿੰਗਾ ਨਹੀਂ ਪਾਣਾ, ਸੂਟ ਹੀ ਪਾਣਾ ਮੈਂ ਅੱਜ। ਆਇਓ ਆਸ਼ੂ ਦੀ ਹੱਟੀ ਦੇ, ਸਹੀ ਬੋਲ ਯਾਰ। ਆ ਗਿਆ ਪੂਰਾ ਫਰੰਟ, ਪਹਿਲਾਂ ਸੂਟ ਦਿਖਾਓ ਭਾਈ ਪੂਰਾ। ਆ ਇਹਦੇ ਆ ਗਏ ਬਾਜੂ, ਤੇ ਆ ਨਾਲ ਆ ਜਾਣੀ ਬੋਟਮ। ਜਿਹੜਾ ਜਿਹੜੇ ਕਹਿੰਦੇ ਨਾ ਲਹਿੰਗਾ ਨੀ ਪਾਣਾ ਸੂਟ ਪਾਣਾ, ਉਹ ਆਜੇ ਬੰਗਾ ਰੋਡ ਤੇ। ਆ ਦੇਖੋ ਜੀ ਦੁਪੱਟਾ, ਪੂਰਾ ਹੈਵੀ ਦੁਪੱਟਾ, ਫੋਰ ਸਾਈਡ ਦੁਪੱਟਾ ਜੀ। ਚਲੋ ਆ ਖੋਲੋ ਪੈਰਟ ਬਾਈ, ਪੈਰਟ ਹੀ ਪੈਰਟ ਕੀਤੀ ਬਈ ਅੱਜ ਇਹਨਾਂ ਨੇ। ਔਰੰਜ ਮਜੈਂਟਾ ਯੈਲੋ, ਇੱਕੋ ਛੱਤ ਥੱਲੇ ਬੰਗਾ ਰੋਡ ਤੇ ਜੀ। ਇੱਕ ਨਾਰਕਲੀਆਂ ਦਾ ਪਾਰਸਲ ਆਇਆ ਜੀ ਅੰਦਰ। ਆ ਲੋ ਪੈਰਟ, ਪਿਓਰ ਔਰਗੰਜਾ ਦੀ ਸ਼ਰਟ ਆਈ, ਤੇ ਦੁਪੱਟਾ ਸਿੱਧਾ ਫੜਿਆ, ਦੁਪੱਟਾ ਫੜੀ ਜਾਵੇ ਤੈਨੂੰ। ਆ ਇਹਨੇ ਬਾਜੂ, 5 ਮੀਟਰ ਸਲਵਾਰ ਆਈ, ਪੂਰੇ 5 ਮੀਟਰ, ਪਟਿਆਲੇ ਤੋਂ ਵੀ ਗਾਹ ਲੰਘ ਜਾਂਦੀ ਆ। ਆ ਇਹਨਾਂ ਨਾਲ ਦੁਪੱਟਾ ਜੀ, ਪੂਰਾ ਹੈਵੀ ਚੱਕ ਰੱਖ। ਆ ਦੇਖੋ ਦੁਪੱਟਾ, ਜਿੱਦਾਂ ਬਾਜੂ ਦੇ ਵਰਗਾ ਦੁਪੱਟਾ ਸੇਮ ਫੋਰ ਸਾਈਡ ਉੱਦੀ ਕੱਢਿਆ ਹੋਇਆ ਜੀ, ਜਿੱਦਾਂ ਸੂਟ ਦਾ ਘੇਰਾ ਬਣਿਆ ਵਾ ਸੇਮ ਦੁਪੱਟੇ ਦੇ ਵੀ ਉਹਨਾਂ ਨੇ ਘੇਰਾ ਬਣਾ ਤਾ ਜੀ। ਅਨਾਰਕਲੀ ਵੀ ਦਿਖਾ ਦਿੰਦੇ ਆ ਇਹਨਾਂ ਨਾਲ ਸਲਵਾਰ ਆ ਗਿਆ 5-5 ਮੀਟਰ, 10200 ਰੁਪਏ ਦੇ ਵਿੱਚ ਜੀ। ਆ ਪੱਖਾ ਬੰਦ ਕਰ ਦੇ। ਆ ਲੋ ਇੱਕ ਆਹ ਸੂਟ ਆਇਆ ਮਸਲੀਨ ਬੇਸ ਤੇ, ਘੇਰਾ ਫੋਰ ਸਾਈਡ ਦੁਪੱਟੇ ਨਾਲ ਭਾਰੇ, ਚੱਕ ਦੇ ਕੇ ਕੀ ਆ। ਆ ਲੋ ਬਟਰਫਲਾਈ ਪੇਂਟਿੰਗ ਦੇ ਵਿੱਚ ਕੱਪੜਾ, ਬੜਾ ਹੀ ਪਿਆਰਾ ਕੱਪੜਾ ਮਸਲੀਨ, ਤੇ ਦੁਪੱਟੇ ਵੀ ਨਾਲ ਆ ਜਾਣੇ ਮਸਲੀਨ ਦੇ ਦੁਪੱਟੇ। ਆ ਲੋ ਆ ਜਾਣੀ ਸ਼ਰਟ, ਆ ਜਾਣੀ ਬੋਟਮ, ਤੇ ਨਾਲ ਦੁਪੱਟਾ ਵੀ ਪੂਰਾ ਹੈਵੀ ਆ ਜੀ, ਪੂਰਾ ਹੈਵੀ ਦੁਪੱਟਾ ਜਿਹਨੂੰ ਕਹਿੰਦੇ ਬਣਿਆ, ਪੂਰਾ ਜਿਹਨੂੰ ਕਹਿੰਦੇ ਜਾਲ ਮਸਲੀਨ ਦਾ ਦੁਪੱਟਾ। ਕੱਪੜਾ ਹੀ ਬੜਾ ਸ਼ਾਨਦਾਰ ਹੈ, ਬੜਾ ਹੀ ਪਿਆਰਾ ਕੱਪੜਾ। ਆ ਲੋ ਪਿੰਕ ਕਲਰ, ਇਹਨਾਂ ਸਾਰਿਆਂ ਦੇ ਬਾਜੂ ਕੱਢੇ ਆਣੇ ਆ ਜੀ,
ਆ ਗਲਾ ਆਣਾ ਜੀ ਫੋਰ ਸਾਈਡ ਚਾਕ ਬਣੇ ਹੋਏ ਆ ਤੇ ਆ ਆਣਾ ਦੁਪੱਟਾ ਨਾਲ। ਰੇਟ ਕੀ ਆ? ਸਿਰਫ 650 ਰੁਪਏ ਦੇ ਵਿੱਚ ਜੀ। ਆ ਜਿੰਨੇ ਸੂਟ ਤੁਹਾਨੂੰ ਦੁਕਾਨੇ ਪਏ ਆ ਇਹ ਹੈਗੇ 650 ਰੁਪਏ ਦੇ ਵਿੱਚ। ਆ ਵੀ 650। ਆਸ਼ੂ ਦੀ ਹੱਟੀ ਤੋਂ ਸਸਤਾ ਕਿਤੋਂ ਲਿਆ ਗਏ ਦਿਖਾ। ਰਾਮ ਰਾਮ ਜੀ, ਰਾਮ ਰਾਮ। ਸੋਨੀਆ ਰਵੀ ਪਟੇਲ ਜੀ ਆ ਚੁੱਕੇ ਆ ਜੀ। ਆ ਲੋ ਜੀ ਬਲੈਕ ਕਲਰ ਦੁਪੱਟਾ ਪ੍ਰਿੰਟਿੰਗ ਦੇ ਵਿੱਚ ਆ ਜੀ। ਪ੍ਰਿੰਟਿੰਗ ਦੇ ਵਿੱਚ ਦੁਪੱਟਾ ਬਣਿਆ ਪਿਓਰ ਦਾ ਦੁਪੱਟਾ। ਰੇਟ ਕੀ ਆ? 650 ਰੁਪਏ ਦੇ ਵਿੱਚ ਜੀ। ਉਹ ਵੀ ਖੋਲਦੇ ਥੱਲੇ ਵਾਲੇ ਮੇਰੇ ਚਾਰ ਬੰਡੇ ਨੇ ਪਏ ਥੱਲੇ ਵਾਲੇ। ਆ ਲੋ ਜੀ ਇਹ ਜਿਹੜੇ ਆਹ ਡਿਜ਼ਾਇਨ ਆ ਸਾਰੇ 650 ਰੁਪਏ ਦੇ ਵਿੱਚ ਪੈਣੇ ਜੀ। 1300 ਦੇ ਦੋ ਗਿਣਤੀ ਦੇ ਸੂਟ ਆਇਆ, 50 ਸੂਟ ਆਇਆ ਜੀ। ਆਹ ਨਾਲ ਜਾਨੀ ਸ਼ਰਟ ਪੂਰੇ ਦੁਪੱਟੇ ਹੈਵੀ ਆ ਮਸਲੀਨ ਦੇ। ਆ ਲੋ ਜੀ ਆ ਵੀ ਪੈਣਾ 650 ਰੁਪਏ ਦੇ ਵਿੱਚ ਜੀ। ਸਿਰਫ 650 ਰੁਪਏ ਦੇ ਵਿੱਚ ਜੀ, ਸਿਰਫ 1300 ਦੇ ਦੋ। ਸੁਖਪ੍ਰੀਤ ਕੌਰ ਜੀ ਸਿਰਫ 1300 ਦੇ ਦੋ, ਜਾਣੀ ਕਿ 650 ਰੁਪਏ ਦੇ ਵਿੱਚ ਜੀ। ਆ ਵੀ ਤੁਹਾਨੂੰ ਦੇ ਦੇਣਾ 650 ਰੁਪਏ ਦੇ ਵਿੱਚ। ਆ ਵੀ ਤੁਹਾਨੂੰ ਦੇ ਦੇਣਾ ਪੂਰਾ ਦੁਪੱਟਾ ਹੈਵੀ ਆ ਮਸਲੀਨ ਦਾ 650 ਰੁਪਏ ਦੇ ਵਿੱਚ ਜੀ। ਆ ਲੋ ਜੀ ਮਜੰਟਾ ਨਾਲ ਗਰੇ ਮਸਲੀਨ ਬੇਸ ਤੇ ਆ ਆਣੀ ਬੋਟਮ ਪੂਰਾ ਫਰੰਟ ਗਲਾ ਘੇਰਾ ਤੇ ਦੁਪੱਟਾ ਆਣਾ ਔਰ ਗੰਜੇ ਦਾ ਦੁਪੱਟਾ ਇਹ ਵੀ 650। ਆ ਲੋ ਜੀ ਫਰੰਟ ਹੈਵੀ ਆ ਆਣੇ ਬਾਜੂ। ਆ ਗਲਾ ਬਣਿਆ ਘੇਰਾ ਤੇ ਦੁਪੱਟਾ ਆ ਜਾਣਾ ਪੂਰਾ ਹੈਵੀ ਨਾਲ ਇਹ ਵੀ ਤੁਹਾਨੂੰ ਮਿਲ ਜਾਣਾ 650, ਸਿਰਫ 650 ਰੁਪਏ ਜੀ। ਆ ਲੋ ਜੀ ਚਿੜੀਆਂ ਆ ਚੁੱਕੀਆਂ, ਚਿੜੀਆਂ ਘੇਰਾ ਉਹ ਗਲੇ ਦੇ ਵਰਕ ਆ ਜਾਣਾ ਜੀ, ਬੜਾ ਬਰੀਕੀ ਵਰਕ ਕੀਤਾ ਹੋਇਆ ਜੀ। ਆ ਇਹਨੇ ਨਾਲ ਬਾਜੂ ਤੇ ਦੁਪੱਟਾ ਆ ਜਾਣਾ ਨਾਲ ਮਸਲੀਨ ਦਾ ਦੁਪੱਟਾ। ਰੇਟ ਕੀ ਆ? ਸਿਰਫ 650 ਰੁਪਏ ਦੇ ਵਿੱਚ ਜੀ। ਆ ਵੀ 650। ਆ ਲੋ ਜੀ ਆ ਵੀ ਤੁਹਾਨੂੰ ਪੈ ਜਾਣਾ ਸਿੱਧਾ ਕਰ ਸੂਟ ਵਿੱਚ, ਸਹੀ ਤਰੀਕੇ ਨਾਲ ਫੜ ਸਿੱਧਾ ਕਰ ਨਾ। ਆ ਲੋ ਜੀ ਫਰੰਟ ਹੈਵੀ ਪੂਰਾ ਆ ਇਹਨੇ ਬਾਜੂ ਇਹ ਵੀ ਤੁਹਾਨੂੰ ਪੈ ਜਾਣਾ 650 ਰੁਪਏ ਦੇ ਵਿੱਚ ਜੀ। ਆ ਵੀ ਤੁਹਾਨੂੰ ਪੈ ਜਾਣਾ 650। ਚਮ ਚਮ ਕਰਦੇ ਸੂਟ ਜੀ, ਚਮ ਚਮ ਕਰਦੇ, ਸਿਰਫ 650 ਰੁਪਏ ਦੇ ਵਿੱਚ ਜੀ। ਆ ਖੋਲ ਸਾਹਿਬ ਨੂੰ ਆ ਲੋ ਜੀ ਇੱਕ ਆ ਆਇਆ ਦਾਦੀਆਂ ਨਾਨੀਆਂ ਵਾਲੇ ਸੂਟ। ਜਾਂ ਇੱਧਰ ਆਓ, ਇੱਧਰ ਬੈਠੋ, ਚੱਕ ਦੇ ਗਏ ਸਾਰਾ। ਦਾਦੀਆਂ ਨਾਨੀਆਂ ਵਾਲੇ ਸੂਟ ਵੀ ਆ ਚੁੱਕੇ ਆ ਬੰਗਾ ਰੋਡ ਤੇ, ਜਿਹੜਾ ਕਹਿੰਦਾ ਨਾ ਐਨ ਬਰੀਕੀ ਵਰਕ, ਐਨ ਬਰੀਕੀ ਵਰਕ, ਸਾਰਾ ਹੀ ਰੇਸ਼ਮ ਦਾ ਕੰਮ ਕੀਤਾ ਹੋਇਆ ਜੀ। ਦੁਪੱਟਾ ਆ ਨਾ ਫੋਰ ਸਾਈਡ ਤੇ ਕਲਰ ਇਹਦੇ ਵਿੱਚ ਆਏ ਨੇ ਦੋ, ਦੋ ਕਲਰ ਆ, ਬੜੇ ਪਿਆਰੇ ਪੀਸ ਆ। ਰੇਟ ਕੀ ਆ? ਸਿਰਫ 2962 ਰੁਪਏ ਦੇ ਵਿੱਚ ਜੀ। ਪਿਓਰ ਡਸ਼ੀਨ ਕਰੇਵ ਦੇ ਵਿੱਚ ਆਈ, ਚੱਕ ਦੇ ਇੱਕ ਆਹ ਡਿਜ਼ਾਇਨ, ਇੱਕ ਆਇਆ ਆਹ ਵਾਲਾ ਡਿਜ਼ਾਇਨ। ਜਿੱਦਾਂ ਕੋਈ ਮੰਗਦਾ ਨਾ ਸਿੰਪਲ ਘੇਰਾ ਤੇ ਸਿੰਪਲ ਘੇਰਾ ਹੀ ਆ। ਆਲੋ ਜਿੱਦਾਂ ਬੀਬੀ ਕਹਿੰਦੀ ਮੈਂ ਵਿਆਹ ਦੇ ਸੂਟ ਨਹੀਂ ਪਾਣਾ ਭਾਰਾ, ਬਿਲਕੁਲ ਲਾਈਟ ਵੇਟ ਪਾਣਾ। ਆਹ ਦੇਖੋ ਸਿੰਪਲ ਘੇਰਾ ਬਣਿਆ ਹੋਇਆ, ਬਿਲਕੁਲ ਸਿੰਪਲ ਘੇਰਾ। ਆ ਇਹਨੇ ਹਲਕੇ ਹਲਕੇ ਬਾਜੂ ਤੇ ਦੁਪੱਟਾ ਇਹਨਾਂ ਨਾਲ ਚਨੋਨ ਦਾ ਦੁਪੱਟਾ। ਆ ਲੋਈ
ਆ ਵੀ ਕਲਰ ਆ ਜਾਣਾ ਗਾਜਰੀ, ਆ ਵੀ ਕਲਰ ਇਹਦੇ ਵਿੱਚ ਹੀ ਆ ਜੀ। ਇੱਕ ਆ ਵੀ ਡਿਜ਼ਾਇਨ ਖੋਲ ਦੇ ਇਹਦੇ ਵਿੱਚ, ਆਹ ਡਿਜ਼ਾਇਨ ਖੋਲ, ਗ੍ਰੇ, ਪਿਸਤਾ, ਫਿਰੋਜ਼ੀ, ਆਹ ਦੇਖੋ ਵਰਕ, ਟੋਟਲੀ ਹੈਂਡ ਵਰਕ ਆ ਜੀ, ਟੋਟਲ ਹੈਂਡ ਵਰਕ ਦੇ ਵਿੱਚ ਆ ਇਹਨੇ ਬਾਜ਼ੂ ਤੇ ਦੁਪੱਟਾ ਉਤੋਂ ਵੀ ਜ਼ਿਆਦਾ ਪਿਆਰਾ। ਰੇਟ ਕੀ ਆ ਇਹਦਾ? ਰੇਟ ਹੈਗਾ 4299 ਰੁਪਏ। ਰੰਗ ਆਏ ਆ ਇੱਕ ਗੋਲਡ, ਇੱਕ ਗ੍ਰੇ, ਇੱਕ ਜਿਹੜਾ ਪਿਸਤਾ ਕਲਰ। ਸੂਟ ਜਿੰਨੇ ਮਰਜ਼ੀ ਲੈ ਲਓ, ਭਾਵੇਂ 4 ਲੈ ਲਓ, 5 ਲੈ ਲਓ, ਇਹਦਾ ਹੈਗਾ 4299। ਇਹ ਚੱਕਦੇ ਜਿਹੜਾ ਨੀਚੇ ਵਾਲਾ ਦਿਖਾਇਆ ਵਾਲਾ, ਇਹਦਾ ਰੇਟ ਹੈਗਾ 2499, ਸਿਰਫ 2499 ਰੁਪਏ ਦੇ ਵਿੱਚ ਜੀ। ਜੇ ਆਪਾਂ ਕੱਲਾ ਕੱਪੜਾ ਲੈਣੀ ਜਾਈਏ ਨਾ ਪਿਓਰ ਟਸ਼ੀਨ ਕਰੇ ਦਾ, ਤੇ 600 ਰੁਪਏ ਹਿਸਾਬ ਨਾਲ 3000 ਦਾ ਕੱਲਾ ਕੱਪੜਾ ਹੀ ਕੱਪੜਾ ਵਾ। ਤੇ ਇੱਥੇ ਤੁਹਾਨੂੰ 2499 ਰੁਪਏ ਦੇ ਵਿੱਚ ਪੂਰਾ ਸੂਟ ਦਿੰਦੇ ਵੇ, ਪੂਰਾ ਸੂਟ, ਪੂਰਾ ਕਢਾਈ ਕੀਤਾ ਸੂਟ, ਦੁਪੱਟੇ ਹੈਵੀ ਨਾਲ ਪੂਰੇ। ਜਿੱਦਾਂ ਕੋਈ ਬੀਬੀ ਕਹਿੰਦੀ ਆ ਨਾ ਸਿੰਪਲ ਘੇਰਾ ਹੀ ਲੈਣਾ, ਉੱਪਰ ਕੰਮ ਨਹੀਂ ਲੈਣਾ, ਉਹ ਆ ਜਾਵੇ ਆਸ਼ੂ ਦੀ ਹੱਟੀ ਦੇ। ਤੇ ਸੂਟ ਬਣ ਕੇ ਆਏ ਆ ਸਿਰਫ ਇਹਦੇ ਨਾਲ ਦੇ 6, ਸਿਰਫ 2499, ਟੋਟਲੀ ਹੈਂਡ ਵਰਕ ਦੇ ਵਿੱਚ ਆ ਜੀ। ਇਹ ਹੈਗਾ ਫੁੱਲ ਪਿਓਰ ਟਸ਼ੀਨ ਕਰੇ ਦਾ ਸੂਟ ਆ ਜੀ, ਚਨੋਨ ਦਾ ਦੁਪੱਟਾ। ਚੱਲ ਆ ਚੱਕ ਦੇਣ, ਆ ਲਾਈ ਜਾਓ, ਆ ਲੋ ਜੀ ਆ ਗਈਆਂ ਅਨਾਰਕਲੀ। ਕਹਾਂ ਚਲੀ? ਆਸ਼ੂ ਦੀ ਹੱਟੀ ਦੇ ਚਲੀ। ਪਹਿਲੋ ਆ ਦਿਖਾਓ ਥੱਲਾ ਕੀ ਆ ਇਹਦੇ ਨਾਲ ਕੀ ਆ। ਆ ਗਿਆ ਲਹਿੰਗਾ ਜੀ, ਪੂਰਾ ਲਹਿੰਗਾ ਆ ਬਣਿਆ, ਲਹਿੰਗਾ ਘੇਰਾ ਸਟਾਈਲ। ਹੁਣ ਦਿਖਾਓ ਉੱਪਰ ਫਰੋਕ, ਅਨਾਰਕਲੀ ਫਰੋਕ ਪੂਰੀ ਹੈਵੀ, ਸਾਈਜ਼ ਵੀ ਵੱਡਾ ਵਾ, ਡਬਲ ਟ੍ਰਿਪਲ ਐਕਸਲ ਸਾਈਜ਼ ਆਈ, ਸਾਰਾ ਹੀ ਦਬਕੇ ਦਾ ਕੰਮ ਕੀਤਾ ਹੈ, ਸਾਰਾ ਟੋਟਲ ਦਬਕੇ ਦਾ ਕੰਮ। ਤੇ ਪ੍ਰਾਈਜ਼ ਇਹਦਾ ਹੈਗਾ ਵਾ, ਪ੍ਰਾਈਜ਼ ਕਿੱਥੇ ਲੱਗਾ? ਪ੍ਰਾਈਜ਼ ਆ ਗਿਆ 39,500 ਵਾਲਾ 28,500 ਰੁਪਏ ਦੇ ਵਿੱਚ ਜੀ। ਹਲੋ ਜੀ, ਦਾਦੀਆਂ ਨਾਨੀਆਂ ਲਈ ਰੇਸ਼ਮ ਜਿਹਨੂੰ ਕਹਿੰਦੇ ਐਨ ਧਾਗੇ ਦੀ ਕਢਾਈ, ਪਿਓਰ ਧਾਗੇ ਦੀ ਕਢਾਈ ਆਈ, ਪੀਸ ਵੀ ਬਣ ਕੇ ਸਿਰਫ 2 ਹੀ ਆਏ ਆ। ਤੇ ਦੁਪੱਟਾ ਬੜਾ ਹੀ ਪਿਆਰਾ ਦੁਪੱਟਾ ਬਣਿਆ ਜੀ, ਬੜਾ ਹੀ ਪਿਆਰਾ ਦੁਪੱਟਾ। ਜਿੱਦਾਂ ਬੀਬੀ ਮੰਗਦੀ ਨਾ, ਮੈਂ ਕਹਿੰਦਾ ਧਾਗੇ ਦਾ ਕੰਮ ਲੈਣਾ, ਤੇ ਧਾਗੇ ਦਾ ਕੰਮ ਹੀ ਆਈ। ਪੀਸ ਬਣ ਗਏ ਆ 2, ਇੱਕ ਗ੍ਰੇ ਕਲਰ ਆ, ਇੱਕ ਜਿਹੜਾ ਗੋਲਡ ਹੈਗਾ, ਬੇਸ ਹੈਗਾ ਪਿਓਰ ਟਸ਼ੀਨ ਗ੍ਰੇ ਦਾ। ਤੇ ਰੇਟ ਕੀ ਦੇ ਦੇਣਾ? ਸਿਰਫ ਨੋਟ ਵਰਕ ਦਾ ਵਰਕ ਹੋਇਆ ਨਾ, ਦੇਖੋ ਵਰਕ ਕਿੰਨਾ ਪਿਆਰਾ ਹੋਇਆ ਬਾਈ, ਵਾਕਾ ਹੀ ਧਾਗੇ ਬੜੀ ਨਾਲ, ਥਰੈਡ ਵਰਕ, ਰੇਸ਼ਮ ਵਰਕ। 4,490 ਰੁਪਏ ਦੇ ਵਿੱਚ ਜੀ ਪਿਓਰ ਟਸ਼ੀਨ ਦਾ ਸੂਟ। ਭਾਈ ਆ ਦੇਖਿਓ ਇਹਦੇ ਵਿੱਚ ਕਾ ਚੀਜ਼ ਵੀ ਆਈ ਆ ਭਾਜੀ, ਪਾਊਡਰ ਕਲਰ ਉਹਨਾਂ ਆ, ਪਲੇਨ ਦੁਪੱਟਾ ਦੇ ਦੇਣਾ ਆ ਭਾਜੀ, ਡਾਕਟਰ ਬਲੂ ਕਲਰ, ਡਾਕਟਰ ਬਲੂ ਕਲਰ ਜੀ, ਡਾਕਟਰ ਦੋ ਰੰਗਾਂ ਦੇ ਨਾਲ ਡਾਕਟਰ ਬਲੂ ਦੁਪੱਟੇ ਨਾਲ ਆਇਆ, ਔਰ ਗੰਜਾ ਦੇ ਦੁਪੱਟੇ ਜੀ, ਓਏ ਹੋਏ ਹੋਏ, ਇਹ 5 ਐਕਸਲ ਹੋ ਗਿਆ, ਇਹ 4 ਐਕਸਲ ਦਾ ਹੈਗਾ, ਇਹਦਾ 4 ਐਕਸਲ ਬਣਿਆ, 4 ਐਕਸਲ ਦਾ ਆਈ ਜਾਈ, ਇੱਕੋ ਪੀਸ ਬਣ ਗਿਆ। ਨਾਲ ਕੀ ਇਹਦਾ ਪਹਿਲਾਂ ਦਿਖਾਓ, ਆ ਹੈਗਾ ਨਾਲ ਪਲਾਜ਼ੋ, ਇਹਨੂੰ ਕਹਿੰਦੇ ਬੈਲ ਬੋਟਮ, ਬੈਲ ਬੋਟਮ ਜਿਹਦਾ ਪਲਾਜ਼ੋ ਟਾਈਪ ਨਾ ਖੁੱਲੀ ਮੋਰੀ ਵਾਲਾ, ਹਾਂਜੀ ਬੈਲ ਬੋਟਮ ਬਣਿਆ ਆ, ਬਹੁਤ ਸੋਹਣਾ। ਤੇ ਆ ਜੀ ਨਾਰਕਲੀ ਵੱਡੇ ਸਾਈਜ਼ ਵਿੱਚ ਆ ਭਾਜੀ, ਆ ਲੋ ਸਾਈਜ਼ ਚੈੱਕ ਕਰ ਲੋ, ਪੂਰਾ ਵੱਡਾ ਸਾਈਜ਼ ਆ। ਬੈਲ ਬੋਟਮ ਦਾ ਵਰਕ ਕਿੰਨਾ ਪਿਆਰਾ ਹੋਇਆ,
ਵਿੱਚ ਬੂਟੀਆਂ ਕਿੰਨੀ ਸੋਹਣੀਆਂ ਉਹਦਾ ਰੇਟ ਹੈਗਾ 7500 ਆਪਾਂ ਕਿੰਨੇ ਦੇ ਦੇਣੀ ਭਾਜੀ ਆਪਾਂ ਦੇਣੀ 6000 ਲੱਗੇ ਤੁਹਾਨੂੰ ਭਾਈ ਦੇਖੋ ਕੀ ਆਪਾਂ ਦੇ ਦੇਣੀ 4790 ਭਾਈ ਵੱਡਾ ਸਾਹਿਬ ਮਿਲਦਾ ਨੀ ਕਿਦੋਂ ਇੱਥੇ ਤਾਂ ਮੇਲੇ ਲਾਏ ਹੋਏ ਤੁਸੀਂ ਸਿਰਫ 4790 ਰੁਪਏ ਦੇ ਵਿੱਚ ਆਈ ਸੈਂਪਲ ਆ ਇੱਕੋ ਪੀਸ ਬਣ ਕੇ ਸਾਈਜ਼ ਹੈਗਾ 4XL ਜੇ ਤੁਸੀਂ 6500 ਖਰਚ ਸਕਦੇ ਆ ਇਹਦੇ ਮੈਂ ਦਵਾ ਦੀ ਪੀਸ ਬਣਾ ਲੂੰਗਾ ਮਗਰ 4700 ਦੇ ਵਿੱਚ ਨਹੀਂ ਬਣਨਾ ਵੀਰੇ ਆਣਾ ਹੀ ਨਹੀਂ ਮੁੜ ਕੇ ਤਿਆਰ ਹੀ ਨਹੀਂ ਹੋਣਾ ਬਾਈ ਇਸ ਰੇਟ ਤੇ ਨਹੀਂ ਬਣਨਾ ਇੱਕੋ ਪੀਸ ਦਾ ਹੀ ਖਲੋਤਾ ਪਰ ਕੀ ਸੈਂਪਲ ਆਇਆ ਤੇ ਪੀਸ ਵੀ ਇੱਕੋ ਹੀ ਆ ਸਿਰਫ 4790 ਰੁਪਏ ਦੇ ਵਿੱਚ ਜੀ 4790 ਦੇ ਵਿੱਚ ਆਪਾਂ ਕੱਪੜਾ ਨਹੀਂ ਐਡ ਕੀਤਾ ਕਢਾਈ ਤੇ ਸਿਲਾਈ ਐਡ ਕਰ ਲਈ ਆ ਕੱਪੜੇ ਜਿਹੜਾ ਕੱਪੜੇ ਦਾ ਪ੍ਰਾਈਸ ਆ ਉਹ ਐਡ ਨਹੀਂ ਕਰ ਹੋਇਆ ਹੁਣ ਜੇ ਆਪਾਂ ਕੱਪੜੇ ਰੇਟ ਐਡ ਕਰਦੇ ਨਾਲ ਫੇਰ 6000 ਤੋਂ ਉੱਪਰ ਜਾਣਾ ਇਹਦਾ ਰੇਟ ਚਲੋ ਆਪਾਂ ਹੁਣ ਇੱਕੋ ਪੀਸ ਆ 4790 ਦਾ ਦੇ ਦੇਣਾ ਚਲੋ ਜੀ ਬਾਲੀਵੁੱਡ ਸਟਾਈਲ ਜੀ ਭਾਈ ਫ੍ਰਿਲ ਪਾਣੀ ਆ ਜਿਹੜੀ ਫ੍ਰਿਲ ਪੂਰੀ ਹੈਵੀ ਪੂਰੀ ਖੁੱਲੀ ਫ੍ਰਿਲ ਆ ਜਾਣਾ ਨੈਕ ਤੇ ਵਰਕ ਜੀ ਅਫਗਾਨੀ ਬਾਜੂ ਸਟਾਈਲ ਐਲੀਗੈਂਟ ਜਿਹਾ ਵਰਕ ਹੋਇਆ ਜੇ ਰੰਗ ਦੀ ਕਢਾਈ ਆ ਉਸ ਰੰਗ ਦਾ ਕੱਪੜਾ ਆ ਕਲਰ ਆਇਆ ਬਣ ਕੇ ਦੋ ਕਲਰ ਬਣ ਕੇ ਆਇਆ ਇੱਕ ਆ ਮੋਰ ਪੰਖੀਆ ਕਲਰ ਇਹ ਭਾਜੀ ਹੈਗਾ ਚੰਡੀਗੜ੍ਹ ਸਟਾਈਲ ਚੰਡੀਗੜ੍ਹ ਸਟਾਈਲ ਵੀ ਚੰਡੀਗੜ੍ਹ ਸਟਾਈਲ ਰੇਟ ਕੀ ਆਪਾਂ ਦੇ ਦੇਣਾ ਭਾਜੀ ਸਾਈਜ਼ ਹੈਗਾ XL ਜੀ ਭਾਜੀ ਪਿਓਰ ਆ ਪਿਓਰ ਦੇ ਵਿੱਚ ਜੀ ਪਿਓਰ ਦੇ ਵਿੱਚ ਭਾਜੀ ਪਿਓਰ ਡਿਸ਼ੀਨ ਕਰੇ ਵਾ ਕੀ ਕਰੀ ਜਾਂਦੇ ਦਾਣੀ ਭਾਜੀ ਰੇਟ ਚੇਕ ਕਰ ਲਓ ਇੱਕ ਵਾਰੀ 14990 ਵਾਲਾ ਤੁਹਾਨੂੰ ਪੈਣਾ 8990 ਦਾ ਭਾਈ 14200 ਵਾਲਾ ਪੀਸ ਆਪਾਂ ਦੇ ਰਹੇ ਆ 9990 ਇਹ ਨਾ ਕਿਤੋਂ ਲੱਭੇ ਰਘੂ ਭਾਈ ਸਿੰਪਲ ਭਾਈ ਤੁਸੀਂ ਕੀ ਲੈ ਕੇ ਆਏ ਦੁਪੱਟੇ ਹੈਵੀ ਵਾਲੇ ਸੂਟ ਓਏ 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 ਵੱਡੇ ਘੇਰਿਆਂ ਨਾਲ ਜੀ ਵੱਡੇ ਘੇਰਿਆਂ ਨਾਲ ਮੈਂ ਬਾਰ ਬਾਰ ਕਹਿੰਦਾ ਟਾਈਮ ਨਾ ਖਰਾਬ ਕਰੋ ਫਟਾਫਟ ਆਇਓ ਆਸ਼ੂ ਦੀ ਹੱਟੀ ਤੇ ਕਿਤੇ ਘੁੰਮਣ ਦੀ ਲੋੜ ਨੀ ਹੈਗੀ ਅੱਜ ਦਾ ਵਰਾਇਟੀਆਂ ਉਹ ਚੱਕ ਮੋਣੀ ਉਦੋਂ ਉਹਦੇ ਚੱਕ ਲਓ ਆਲੋ ਅਨਾਰਕਲੀ ਕਹਾਂ ਚਲੀ ਭਾਈ ਕਈ ਦੁਕਾਨਦਾਰ ਕਹਿਣ ਲੱਗੇ ਆ ਬੇ ਅਨਾਰਕਲੇ ਟ੍ਰੈਂਡ ਹੈ ਨਹੀਂ ਅਨਾਰਕਲੀ ਮੇਰੇ ਕੋਲ ਡੇਲੀ ਆ ਰਹੀ ਆ ਮਣ ਭਾਜੀ ਉਹਨਾਂ ਨੇ ਤੇ ਕਹਿਣਾ ਉਹਨਾਂ ਕੋ ਮਾਲ ਹੀ ਹੈ ਨਹੀਂ ਕਈ ਕਹਿ ਰਹੇ ਆ ਕਿ ਇੱਥੇ ਦਾ ਟਰੱਕ ਭਰ ਕੇ ਆਂਦਾ ਮਾਲ ਤੇ ਸ਼ਾਮ ਤੱਕ ਹੋ ਜਾਂਦਾ ਅਨਾਰਕਲੀ ਭਾਈ ਦੁਪੱਟਾ ਲਗਾਈਏ ਤੁਹਾਡੇ ਮੂੰਹ ਚ ਬਣੀ ਆ ਜੂਗਾ ਭਾਈ ਅੱਛਾ ਜੀ ਓਏ ਹੋਏ ਹੋਏ ਭਾਈ ਬਾਕੀ ਦੁਕਾਨਾਂ ਤੇ ਚੱਲ ਜਾਓ ਜਿੱਥੇ ਮਰਜ਼ੀ ਚੱਲ ਜਾਓ ਅਸੀਂ ਨੀ ਕਿਸੇ ਦੀ ਗੱਲ ਕਰਦੇ ਅਸੀਂ ਕਹਿੰਦੇ ਆਪਣੀ ਗੱਲ
ਦੁਪੱਟੇ ਵੀ ਨਾਲ ਪੂਰੇ ਹੈਵੀ ਤਿਆਰ ਕੀਤੇ ਹੋਏ ਆ ਜੀ, ਪੂਰੇ ਹੈਵੀ ਦੁਪੱਟੇ ਤਿਆਰ ਭਾਜੀ ਕਹਿੰਦੇ ਪਲੇਨ ਦੁਪੱਟਾ ਨੀ ਲਾਣਾ, ਵੈਸੇ ਨਾਰਕਲੀਆਂ ਨਾਲ ਪਲੇਨ ਦੁਪੱਟੇ ਹੁੰਦੇ ਆ, ਤੇ ਇੱਥੇ ਪੂਰੇ ਹੈਵੀ ਦੁਪੱਟੇ ਹੈਂਡ ਵਰਕ ਦੇ ਨਾਲ, ਫਰਕਾਬਾਦੀ ਸੂਟ, ਫਰਕਾਬਾਦ ਤੋਂ ਵੀ ਘੱਟ ਰੇਟ ਤੇ। ਆ ਦੇਖ ਲੋ ਜਿੱਦਾਂ ਘੇਰਾ ਬਣਿਆ ਟੋਟਲ ਹੈਂਡ ਵਰਕ ਦਾ, ਉਦੀ ਫੋਰ ਸਾਈਡ ਦੁਪੱਟੇ ਦੇ ਵਰਕ ਆ ਜੀ। ਆਲੋ ਜੀ ਮਹਿਰੂਨ ਲਹਿੰਗੇ ਦੇ ਨਾਲ ਛੋਟ ਬਰੋ, ਆ ਆ ਗਿਆ ਲਹਿੰਗਾ, ਪੂਰਾ ਹੈਵੀ ਲਹਿੰਗਾ, ਹਾਂਜੀ ਪੂਰਾ ਫਰੰਟ ਬੈਕ, ਤੇ ਨਾਲ ਦਿਖਾਓ ਹੁਣ ਫਰੋਕ, ਪੈਂਪਲਮ ਸਟਾਈਲ ਜਿਹਨੂੰ ਕਹਿੰਦੇ ਪੈਂਪਲਮ ਸਟਾਈਲ, ਤੇ ਪੈਂਪਲਮ ਸਟਾਈਲ ਤੇ ਆ ਬਣਿਆ ਮੋਰ, ਮੋਰ ਵੀ ਪਹਿਲਾਂ ਪਾਉਂਦਾ ਮੋਰ, ਮੋਰ ਦੱਸੋ ਪੂਰੀਆਂ ਪਹਿਲਾਂ ਪਾਉਂਦਾ ਕਿ ਨਹੀਂ ਪਾਉਂਦਾ ਦੱਸ ਦੋ, ਪਹਿਲ ਪਾਈ ਹੋਈ ਆ, ਸਤਿ ਸ਼੍ਰੀ ਅਕਾਲ ਜੀ। ਓਏ ਹੋਏ ਹੋਏ ਭਾਜੀ ਵਰਾਈਟੀਆਂ ਕਿੱਥੋਂ ਲਿਆਂਦੇ ਏਦਾਂ ਦੀਆਂ, ਪੂਰਾ ਦੁਪੱਟਾ ਹੈ ਵੀ ਜਾਲ ਆਈ। ਚਲੋ ਅਗਲੀ ਵੀ ਦਿਖਾ ਦੋ, ਆ ਗਿਆ ਜੀ ਸਰੀਸ ਕਲਰ ਜਿਹਨੂੰ ਕਹਿੰਦੇ ਆ ਮਜੈਂਟਾ ਗੁਲਾਰਾੜੀ, ਹੌਟ ਪਿੰਕ, ਹੌਟ ਪਿੰਕ ਅਸੀਂ ਕਹਿ ਦਿੰਦੇ ਆ ਸਰੀਸ, ਫਰੰਟ ਬੈਕ ਸੇਮ ਦੁਪੱਟਾ ਲੈਣਾ। ਓਏ ਹੋਏ ਹੋਏ ਦੁਪੱਟੇ ਪੂਰੇ ਢਾਈ ਢਾਈ ਮੀਟਰ ਦੇ ਦੁਪੱਟੇ ਆਈ, ਇਹ ਨੀ ਕਿ ਬੂਟੀਆਂ ਪਾ ਦਿੱਤੀਆਂ ਗਲੀਆਂ ਲੈਸ ਲਵਾ ਤੀ, ਪੂਰੇ ਕੱਢੇ ਦੁਪੱਟੇ ਹੈਵੀ ਨਾਲ, ਪੂਰਾ ਦੁਪੱਟਾ ਜਾਲ ਆ ਲੋਈ ਪਰਪਲ ਕਲਰ, ਇੱਕ ਆ ਗਿਆ ਜੀ ਪਰਪਲ, ਪਰਪਲ ਕਲਰ ਜਿਹਨੂੰ ਕਹਿੰਦੇ ਆ ਜਾਮਨੀ, ਆਪਾਂ ਕਹਿ ਦਿੰਦੇ ਗਰਮੀਆਂ ਦਾ ਸਟੋਕ, ਸਰਦੀਆਂ ਦਾ ਸਟੋਕ, ਇੱਥੇ 365 ਦਿਨ ਨਵੀਂ ਵਰਾਇਟੀ, ਚਾਹੇ ਸਿਲਕ ਲੈ ਲੋ, ਚਾਹੇ ਕੋਟਨ ਲੈ ਲੋ, ਚਾਹੇ ਨਾਰਕਲੀ ਲੈ ਲੋ, ਤੇ ਚਾਹੇ ਰੇਡੀਮੇਡ ਲੈ ਲੋ। ਫਿਨਿਸ਼ਿੰਗ ਤੇ ਜਾਣਾ ਕਾਰੀਗਰ ਬਣਾ ਕੇ ਦੇ ਕੇ ਗਿਆ, ਇਹ ਹੁਣ ਆਇਆ ਹੀ ਜਾਣਾ ਹਲੇ ਪੀਸ ਦੂਰ ਆਇਆ ਭਾਜੀ, ਆਹ ਹਲੇ ਪੀਸ ਫਿਨਿਸ਼ਿੰਗ ਹੋਣੀ ਆ, ਡਿੰਪਲ ਭਾਈ ਕਾਰੀਗਰ ਦੀ ਲੈ ਆ, ਹਲੇ ਇੱਕ ਪੀਸ ਤਿਆਰ ਹੋਇਆ, ਡਿੰਪਲ ਭਾਈ ਕਹਿੰਦੇ ਮੈਂ ਦਿਖਾਈ ਦਵਾਂ ਲਾਈਵ ਦੇ ਵਿਚ, ਜਿਹੜੀ ਮੈਂ ਸਲਵਾਰ ਕਢਾਈ ਆ ਨਾ ਭਾਜੀ, ਬੋਟਮ ਤੇ ਵਰਕ ਵੀ ਆ, ਬੋਟਮ ਤੇ ਵਰਕ ਵੀ ਆ ਜੀ, ਸਲਵਾਰ ਪਲੇਨ ਰੱਖਤੀ ਸੀਗੀ ਮੈਂ ਭਾਈ ਨੂੰ ਸਪੈਸ਼ਲ ਭੇਜਿਆ, ਮੈਂ ਕਿਹਾ ਸਲਵਾਰ ਤੇ ਕਢਾਈ ਕਰਾਣੀ, ਚਾਹੇ ਤੁਸੀਂ ਇਹਦੇ ਨਾਲ ਸਲਵਾਰ ਬਣਾ ਲਓ, ਚਾਹੇ ਤੁਸੀਂ ਪਲਾਜੋ ਬਣਾ ਲਓ, ਪੂਰਾ 3 ਮੀਟਰ ਕੱਪੜਾ, ਸਲਵਾਰ ਸੋਹਣੀ ਲੱਗਣੀ ਆ, ਲੱਗਣੀ ਭਾਜੀ, ਆ ਲਓ ਸਲਵਾਰ ਤੇ ਭਾਈ ਰੇਟ ਕੀ ਨਿਕਲਣਾ ਇਹਦਾ, ਰੇਟ ਜਿਹੜਾ ਹੈਗਾ ਆ ਆ ਹੁਣ ਫਰੰਟ ਹੋ ਗਿਆ ਤੇ ਬੈਕ ਵੀ ਸੇਮ, ਓਏ ਹੋਏ ਹੋਏ ਫਰੰਟ ਬੈਕ, ਬੈਕ ਪੂਰੀ ਕਢਾਈ ਵਾਲੀ, ਪੂਰੀ ਹੈਵੀ ਭਾਈ, ਰੇਟ ਇਹਦਾ ਹੋਣਾ 95,000 ਕੱਲੀ ਕੱਲੀ ਚੀਜ਼ ਦਿਖਾਤੀ ਆ, ਕਢਾਈ ਵੀ ਦਿਖਾਤੀ ਆ, ਕੱਪੜਾ ਵੀ ਦਿਖਾਤਾ, ਪਿਓਰ ਟਸ਼ੀਨ ਕਰੇ ਵਾ, ਤੇ ਲੈਸ ਕਰਕੇ ਪੈਣੀ ਆ ਆਪਾਂ ਨੂੰ ਇਹ 35,500 ਰੁਪਏ ਦੀ, 35,500 ਦੀ, ਮੈਂ ਤਾਂ 45,000 ਚ ਮੰਨ ਗਿਆ ਸੀ, 35,500 ਇਹਦਾ ਰੇਟ ਹੈਗਾ, 35,500 ਸਕਰੀਨਸ਼ਾਟ ਲੈ ਲਓ ਤੇ ਰੇਟ ਪਤਾ ਕਰਕੇ ਆਓ ਮਾਰਕੀਟ ਦੇ ਵਿੱਚ, ਲੋ ਜੀ ਸੋਨੂ ਭਾਜੀ ਲੈ ਗਏ ਆ ਭਾਜੀ ਦੁਪੱਟੇ, ਭਾਈ ਦੁਪੱਟੇ ਸਾਰਿਆਂ ਨਾਲ ਹੈ ਵੀ ਬਣਾਇਆ ਦੀ, ਕਿਹੜੇ ਕੌਣ ਕਹਿੰਦਾ ਨਾਲ ਕਿਹੜੇ ਫੈਸ਼ਨ ਚਲਾ ਗਿਆ ਭਾਜੀ, ਦੁਪੱਟੇ ਪੂਰੇ ਫੋਰ ਸਾਈਡ
ਕੱਲ ਕਸਟਮਰ ਦੱਸ ਕੇ ਗਿਆ ਮਾਲ ਹੈਗਾ ਉਹਨਾਂ ਨੇ ਤਾਂ ਕਹਿਣਾ ਹੀ ਹੈ ਜੀ ਜਿਹਨਾਂ ਕੋਲ ਨਹੀਂ ਮਾਲ ਹੈਗਾ ਭਾਈ ਕਸਟਮਰ ਕਹਿੰਦਾ ਅਨਾਰਕਲੀ ਦਾ ਟ੍ਰੈਂਡ ਹੈ ਨੀ ਕੱਲ ਦੱਸ ਕੇ ਗਿਆ ਮੈਂ ਕਿਹਾ ਅਨਾਰਕਲੀ ਦਾ ਇੰਨੀ ਕੁ ਜ਼ਿਆਦਾ ਸਾਡੇ ਕੋਲ ਸੋਚ ਨੀ ਸਕਦਾ ਕਈ ਕਹਿ ਰਹੇ ਸਾਡੇ ਟ੍ਰੈਂਡ ਹੈ ਨੀ ਕੋਈ ਟ੍ਰੈਂਡ ਕੱਲ ਹੀ ਹੈ ਨੀ ਅਨਾਰਕਲੀ ਕਹਾਂ ਚਲੀ ਭਾਈ ਕੱਪੜੇ ਦਾ ਰੇਟ ਲਿਆ ਨਹੀਂ 10 ਮੀਟਰ ਕੱਪੜਾ ਡਿਸ਼ੀਨ ਕਰੇ 650 ਮੀਟਰ ਕਢਾਈ ਫ੍ਰੀ ਦੇਤੀ ਆ ਓਏ ਹੋਏ ਹੋਏ ਕਿਆ ਬਾਤ ਹੈ ਵੀ ਕਿਆ ਬਾਤ ਹੈ ਆਸ਼ੂ ਦੀ ਹੱਟੀ ਦੀ ਕਿਆ ਬਾਤ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ ਆਸ਼ੂ ਦੀ ਹੱਟੀ ਦੀਆਂ ਪੂਰੀ ਫੈਮਿਲੀ ਚੱਲੀ ਭਾਜੀ ਜਿਹੜਾ ਇੱਕ ਵਾਰੀ ਆ ਗਿਆ ਕਸਟਮਰ ਬਣ ਗਿਆ ਉਹਦਾ ਪੱਕਾ ਫੈਮਿਲੀ ਵਾਂਗੂ ਜੁੜ ਜਾਂਦਾ ਜੀ ਆਪਣੇ ਨਾਲ ਇਹਨੂੰ ਰੀਅਲ ਕਹਿੰਦੇ ਭਾਜੀ ਸੱਭਿਆ ਸਾਚੀ ਆ ਦੇਖੋ ਵਿਦ ਪੇਸਟਿੰਗ ਨਾਲ ਗਾਈ ਚੱਲੀ ਬਰਾਤ ਪੂਰੀ ਭਾਈ ਬੈਗ ਕਮਾਈਓ ਬੈਗ ਦੀ ਪੇਸਟਿੰਗ ਜਰੂਰ ਦਿਖਾਈ ਉਹਦੀ ਚੈੱਕ ਕਰੋ ਜਰਾ ਆ ਗਿਆ ਜੀ ਦੁਪੱਟਾ ਆ ਸਾਰਾ ਵਿੱਚ ਜੀ ਵਰਕ ਕੀਤਾ ਹੋਇਆ ਵਰਕ ਮੇਨ ਇਹਨਾਂ ਦੇ ਵਿੱਚ ਪਹਿਲਾਂ ਲਹਿੰਗੇ ਆਂਦੇ ਸੀ ਹੁਣ ਆਇਆ ਭਾਜੀ ਸ਼ਰਾਰਾ ਸੂਟ ਭਾਈ ਤੋਤੇ ਬਣੇ ਹੋਏ ਆ ਚਿੜੀਆਂ ਬਣੀਆਂ ਕੇ ਤੋਤੇ ਬਣੇ ਚਿੜੀਆਂ 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 ਭਾਜੀ ਬੱਚੇ ਆ ਦੇਖੋ ਹੁਣ ਦਿਖਾਵਾਂਗੇ ਇਹਦਾ ਸ਼ਰਾਰਾ ਬੈਕ ਸਾਈਡ ਦਿਖਾਓ ਪੇਸਟਿੰਗ ਕੀਤੀ ਹੋਈ ਆ ਪੂਰੇ ਦੁਪੱਟੇ ਦੇ ਪੇਸਟਿੰਗ ਇਹ ਨੀ ਕਿ ਫੋਰ ਸਾਈਡ ਪੇਸਟਿੰਗ ਪੂਰੇ ਦੁਪੱਟੇ ਦੇ ਪੇਸਟਿੰਗ ਕੀਤੀ ਆ ਆ ਗਿਆ ਚੈੱਕ ਕਰਿਓ ਗਰਾਰਾ ਤੁਹਾਨੂੰ ਇਹਦੀ ਸ਼ਰਟ ਵੀ ਦਿਖਾਣਾ ਭਾਜੀ ਆ ਗਿਆ ਗਰਾਰਾ ਆ ਗਿਆ ਆ ਗਿਆ ਦੇ ਉੱਤੇ ਭਾਜੀ ਇਹ ਸ਼ਰਟ ਦੇਖਿਓ ਪਿਓਰ ਦੇ ਵਿੱਚ ਸ਼ਰਟ ਆਈ ਆ ਭਾਜੀ ਆ ਫਰੰਟ ਆ ਇਹਦੀ ਬੈਕ ਦਾਣੀ ਭਾਈ ਕਿੱਥੋਂ ਲੈ ਗਏ ਇਸ ਰੂਫੇ ਭਾਜੀ ਇਹ ਆਂਦੇ ਬੁਲਬੁਲ ਦੇ ਬੱਚੇ ਫਿਲਮ ਇੰਡਸਟਰੀ ਵਾਲੇ ਡਿਜ਼ਾਈਨ ਸਿੱਧੇ ਡਾਇਰੈਕਟ ਭਾਜੀ ਸਕਰੀਨਸ਼ਾਟ ਲੈ ਲਓ ਟਾਈਮ ਨਾ ਖਰਾਬ ਕਰੋ ਫਟਾਫਟ ਆਇਓ ਜੀ ਓਏ ਹੋਏ ਆ ਵੀ ਖੋਲਦਾ ਭਾਜੀ ਇਹਦਾ ਰੇਟ ਹੋਣਾ 20-22 ਯਾਰ ਨਾ ਜੀ ਨਾ ਇਹ ਬੰਗਾ ਰੋਡ ਤੇ ਆਜੂ ਦੀ ਹੱਟੀ ਆ ਭਾਜੀ ਇਹ ਪੀਸ ਬੜਾ ਸ਼ਾਨਦਾਰ ਆ ਬੜਾ ਹਲਟੀ ਭਾਈ ਆ ਦੇਖੋ ਇੱਧਰ ਵੀ ਭਾਜੀ ਮਟੀਰੀਅਲ ਹੈਗਾ ਪਿਓਰ ਕਰੇਪ ਡਿਸ਼ੀਨ ਦੁਪੱਟਾ ਵੀ ਡਿਸ਼ੀਨ ਕਰੇਪ ਦਾ ਵਾ ਡਿਸ਼ੀਨ ਦਾ ਦੁਪੱਟਾ ਆ ਲੋ ਡਿਸ਼ੀਨ ਕਰੇਪ ਦਾ ਦੁਪੱਟਾ ਆ ਵਿਦ ਪੇਸਟਿੰਗ ਨਾਲ ਕੀਤੀ ਹੋਈ ਆ ਜੀ ਹੁਣ ਤੁਹਾਨੂੰ ਦਿਖਾਵਾਂਗੇ ਇਹਦਾ ਗਰਾਰਾ ਆ ਚੁੱਕਾ ਜੀ ਗਰਾਰਾ ਦੇਖਿਆ ਕੀ ਤੁਸੀਂ ਪਹਿਲਾਂ ਆਈ ਅਨਾਰਕਲੀ ਫੇ ਆਈ ਫਰੰਟ ਕੱਟ ਫੇ ਆਇਆ ਲਹਿੰਗਾ ਚੋਲੀ ਫੇ ਆਈ ਪੂਰੀ ਡਰੈਸ ਭਾਜੀ ਪੂਰੀ ਲੌਂਗ ਪੂਰੀ ਲੌਂਗ ਫਰੇਲ ਦੇ ਨਾਲ ਜੀ ਦੁਪੱਟਾ ਕਿਸੇ ਦਾ ਸਿੰਪਲ ਨਹੀਂ ਹੈਗਾ ਦੁਪੱਟਾ ਇੱਥੇ ਸਾਰਿਆਂ ਦੇ ਨਾਲ ਹੈ ਵੀ
ਆ ਦੇਖੋ ਜੀ ਦੁਪੱਟਾ ਨਾਲ ਪੂਰਾ ਹੈਵੀ ਦੁਪੱਟਾ ਭਾਈ ਚਮ ਚਮ ਕਰਦਾ ਪੀਸ ਕਿਹੜਾ ਗਾ ਕੇ ਰੁਕ ਜੂਗਾ ਕੈਮਰੇ ਚ ਪੂਰੀ ਫਿਲੇ ਲਾਂਦੀ ਨੀ ਪੂਰੀ ਫਿਲੇ ਦਿਖਾ ਦੇਖੋ ਦੁਪੱਟਾ ਨਾਲ ਫੋਰ ਸਾਈਡ ਭਾਜੀ ਦੋ ਕਲਰ ਹੈ ਦੋਨੇ ਕਲਰਾਂ ਦੇ ਉੱਤੇ ਲਿਖਿਆ ਹੈ ਵਾਓ ਦੂਜਾ ਕਿਹੜਾ ਭਾਜੀ ਇੱਕ ਤਾਂ ਦੰਦ ਕਾ ਇੱਕ ਆ ਗਿਆ ਰੈੱਡ ਇੱਕ ਆ ਗਿਆ ਇਹ ਹੈਗਾ ਮਹਾਰਾਣੀ ਵਾਲਾ ਸੂਟ ਆ ਫਰਿੱਲ ਚੈੱਕ ਕਰਿਓ ਪੂਰੀ ਫਰਿੱਲ ਐਨ ਭਾਜੀ ਦੇਖੋ ਆਪ ਹੀ ਲੱਗੇ ਆ ਸਜਾਣ ਨਾ ਲੱਗ ਜਾਓ ਆ ਚੈੱਕ ਕਰੋ ਪੂਰੀ ਫਰਿੱਲ ਤੇ ਟੋਟਲ ਹੈਂਡ ਵਰਕ ਆ ਵਿਦ ਪੇਸਟਿੰਗ ਵੀ ਨਾਲ ਕੀਤੀ ਹੋਈ ਆ ਟਾਈਮ ਆ ਚੀਜ਼ ਦਾ ਪੂਰਾ ਟਾਈਮ ਵਾਕਈ ਪੂਰਾ ਟਾਈਮ ਆ ਜੀ ਹੁਣ ਕਈ ਕਸਟਮਰ ਇੱਦਾਂ ਦੇ ਆਉਂਦੇ ਆ ਉਹ ਕਹਿੰਦੇ ਸਾਨੂੰ ਟਾਈਮ ਹੀ ਨਹੀਂ ਹੈਗਾ ਬਾਹਰੋਂ ਆਉਂਦੇ ਇਸ ਨਾ ਹਫ਼ਤੇ ਵਾਸਤੇ ਪੰਜ ਸੱਤ ਦਿਨ ਵਾਸਤੇ ਕਈ ਕਸਟਮਰ ਬਾਹਰੋਂ ਆਉਂਦਾ ਉਹਨਾਂ ਇਹ ਦੋ ਦਿਨਾਂ 'ਚ ਕੰਮ ਹੋ ਜਾਂਦਾ ਇੱਕੋ ਵਾਰ ਵੇਟ ਕੀਤੀ ਸਿੱਧੀ ਆ ਛੱਡੀ ਜਾਓ ਸ਼ੋਪਿੰਗ ਕਰੋ ਨਾਲੇ ਆਪਣੇ ਸਫਾਈ ਕਰਨੇ ਜਾਂ ਸਵਿੱਚ ਕਰਨੇ ਦੇ ਦਿਓ ਦੋ ਦਿਨ 'ਚ ਕੰਮ ਪੂਰਾ ਦੋ ਦਿਨ 'ਚ ਇਹਦਾ ਕੰਮ ਨਿਬੜ ਜਾਂਦਾ ਜਿਹੜਾ ਹੈਗਾ ਕੰਮ ਮਹੀਨੇ ਦਾ ਕੰਮ ਉਹ ਦੋ ਤਿੰਨ ਦਿਨ 'ਚ ਹੀ ਮਿਲ ਜਾਂਦਾ ਉਹ ਅਗਲਾ ਖੁਸ਼ ਹੋ ਕੇ ਜਾਂਦਾ ਕਸਟਮਰ ਕੋਲ ਸਕਰੀਨਸ਼ੋਟ ਹੋਵੇ ਉਹ ਕਿਸੇ ਹੋਰ ਗੱਲ ਤੇ ਵੜ ਗਿਆ ਵਾਕਈ ਗੱਲ ਸਹੀ ਇੱਕੋ ਨਾਲ ਦੇ ਜਿਹੜਾ ਥੀਮ ਹੈਗੀ ਆ ਇੱਕੋ ਨਾਲ ਦੇ ਜਿੰਨੇ ਮਰਜ਼ੀ ਦੱਸਣ ਦੀ ਲੋੜ ਨੀ ਆਸ਼ੂ ਦੀ ਅੱਟੀ ਦੇ ਬੰਗਾ ਰੋਡ ਤੇ ਜੀ ਕਸਟਮਰ ਆਪਣੀ ਵਿਆਹ ਦੀ ਸਾਡੇ ਕੋਲ ਬਾਅਦ ਚ ਸ਼ੋਪਿੰਗ ਕਰਨ ਦਾ ਪਾਇਆ ਦਿਖਾਂਦਾ ਅਗਲਾ ਭਾਈ ਆ ਦੇਖੋ ਹਾਂ ਫੋਟੋ ਦਿਖਾਂਦਾ ਲੱਗਦਾ ਕਿ ਪੀਸ ਕਿਹੜੇ ਪਾਇਆ ਜੋ ਕਸਟਮਰ ਆਂਦਾ ਨਾ ਸਾਡੇ ਕੋਲ ਬਾਅਦ ਚ ਵਿਆਹ ਤੋਂ ਮਗਰੋਂ ਬਾਅਦ ਚ ਪਾਇਆ ਬਾਅਦ ਚ ਆਂਦਾ ਸ਼ੋਪਿੰਗ ਕਰਨ ਕਈ ਵੇਲੇ ਕਿਸੇ ਨੂੰ ਪੁੱਛਿਆ ਜਿਹੜੀ ਨਾਲ ਕਲੀ ਦਾ ਕੀ ਕਰੇ ਕਦੋਂ ਭਾਈ ਵੀ ਉਹ ਕਹਿੰਦੀ ਮੈਂ ਮੇਨ ਵਿਆਹ ਵਾਲੇ ਦਿਨ ਭਾਈ ਆ ਫਿਰ ਅਗਲਾ ਵੀਡੀਓ ਦਿਖਾਉਂਦਾ ਭਾਈ ਦੇਖੋ ਵੀਡੀਓ ਫਿਰ ਉਹ ਵਾਲੀ ਵੀਡੀਓ ਆਪਾਂ ਨੈਟ ਤੇ ਨਹੀਂ ਚਾੜ ਸਕਦੇ ਤੋ ਅਗਲੀ ਪਰਸਨਲ ਵੀਡੀਓ ਹੁੰਦੀ ਹੈ ਹਾਂ ਪਰਸਨਲ ਵੀਡੀਓ ਸਹੀ ਗੱਲ ਭਾਜੀ ਆ ਫਰੰਟ ਵੀ ਆ ਗਿਆ ਇਹਦਾ ਤੇ ਆ ਬੈਕ ਵੀ ਚੈੱਕ ਕਰ ਲਈ ਹੋਈ ਆ ਲੋ ਜੀ ਬੈਕ ਆ ਸੇਮ ਫਰੰਟ ਆ ਤਾਂ ਸੇਮ ਆਈ ਹੈ ਜੀ ਬੈਕ 1,45,000 ਤੋਂ ਘੱਟ ਕੇ ਦੇ ਮਿਲ ਜਵੇ ਮੈਂ ਜੁੰਮੇ ਵਾਲਾ ਬੈਠਾ 1,00,000 ਤੋਂ ਉੱਪਰ ਤੇ ਆਪਾਂ ਕਿੰਨੇ ਦੇ ਦੇਣੀ 1,45,000 ਰੁਪਏ ਜੇ ਮਿਲ ਜੇ ਜਦੋਂ ਮਿਲ ਜਵੇ ਮੇਰੇ ਵੱਲੋਂ ਫਰੀ ਆ ਪੀਸ ਆਪਾਂ 6-7 ਦੇ ਦੇਣੀ ਆ 1,45,000 ਚ ਭਾਜੀ ਪੂਰਾ ਹੈਵੀ 1,25,000 ਰੁਪਏ ਡਿੰਪਲ ਭਾਈ ਆ ਗਿਆ ਤੁਹਾਡੇ ਵੱਲ ਵੱਡੇ ਘੇਰੇ ਲੈ ਕੇ ਆਏ ਡਿੰਪਲ ਭਾਈ ਵੱਡੇ ਘੇਰਿਆਂ ਨਾਲ ਵੱਡਾ ਘੇਰਾ ਤੇ ਪਿਓ ਡਸ਼ੀਨ ਗਰੇਵ ਚ ਤੁਸੀਂ ਸੁਣਿਆ ਜੀ ਭਾਜੀ ਡਬਲ ਏ ਦਾ ਮਾਲ ਅੱਛਾ ਜੀ ਆਸ਼ੂ ਦੀ ਹੱਟੀ ਦਾ ਮਾਲ ਹੁਣ ਆਪਾਂ ਲੈ ਗਏ ਟ੍ਰਿਪਲ ਏ ਦਾ ਮਾਲ ਲੋਈ ਹੁਣ ਦਿਖਾਓ ਰੰਗ ਰੈੱਡ 5 ਪਰਪਲ 6 ਲੇਡੀਜ਼ ਦਾ ਫੇਵਰੇਟ ਜੈੱਟ ਬਲੈਕ 7 ਰਾਮਾ ਗ੍ਰੀਨ 8 ਆ ਗਿਆ
9 10 11 ਲੋ ਜੀ ਪੀਸ ਆਇਆ ਭਾਜੀ, ਪੀਸ ਚੈੱਕ ਕਰੀਓ ਨਾ, ਪੀਸ ਜਿੱਦਾਂ ਦਾ ਕਲਰ ਉਦਾਂ ਦੀ ਕਢਾਈ ਭਾਈ, ਵਾਕਈ ਪੀਸ ਬੜਾ ਸ਼ਾਨਦਾਰ ਹੈ ਭਾਈ, ਜਿੱਦਾਂ ਦਾ ਕਲਰ ਆ ਉਦਾਂ ਦੀ ਆਈ ਆ ਕਢਾਈ। ਕੀ ਕਹਿੰਦੇ ਡਰੈਸ ਨੂੰ? ਇਹਨੂੰ ਭਾਜੀ ਆਪਾਂ ਦੱਸਦੇ ਆ ਭਾਜੀ, ਤੁਹਾਨੂੰ ਪੀਸ ਪਹਿਲਾਂ ਪੀਸ ਚੈੱਕ ਕਰਾਓ ਫੇਰ ਤੁਹਾਨੂੰ ਦੱਸਦੇ ਪੀਸ ਦਾ ਨਾਂ ਕੀ ਆ। ਇਹ ਪੀਸ ਦਾ ਨਾਂ ਆ ਜੀ ਜੰਪ ਸੂਟ, ਜੰਪ। ਇਹਦਾ ਪੀਸ ਪਾ ਕੇ ਤੇ ਪਤਾ ਲੱਗੇਗਾ ਪੀਸ ਲਿਆਂਦਾ ਆ। ਵਾਕਈ ਪੀਸ ਹੈਗਾ ਜੀ ਪਿਓਰ ਦੇ ਵਿੱਚ, ਜਿਹਨੂੰ ਕਹਿੰਦੇ ਫੁੱਲ ਪਿਓਰ। ਜਿਹੜੇ ਕਹਿੰਦੇ ਨਾ ਪੀਸ ਨੀ ਮਿਲਦੇ, ਅੱਜ ਹੱਟੀ ਤੇ ਆ ਕੇ ਲੈ ਲਓ ਜਿਹੜਾ ਮਰਜ਼ੀ ਪੀਸ, ਆ ਬੋਲੇ ਜਿੱਦਾਂ ਦੀ ਤੁਹਾਡੀ ਚੁਆਇਸ ਹੋਵੇ ਉਦਾਂ ਦੀ ਚੁਆਇਸ ਮਿਲੂਗੀ ਤੁਹਾਨੂੰ। ਪੀਸ ਕਿਹੜਾ ਹੈ ਜੀ? ਜੰਪ ਸੂਟ, ਜੰਪ ਸੂਟ ਆ ਚੁੱਕਾ ਜੀ ਬੰਗਾ ਰੋਡ ਤੇ। ਰੇਟ ਪਤਾ ਕਿੰਨਾ ਭਾਜੀ? ਕੋਈ 22-23 ਹਜ਼ਾਰ ਨੀ ਹੈਗਾ, ਸਿਰਫ ਪਿੰਡ ਤੁਹਾਨੂੰ 14,200 ਰੁਪਏ ਦਾ ਤੁਹਾਡਾ ਆਪਣਾ ਪੀਸ ਆ ਲਾ ਭਾਜੀ, ਨੇਵੀ ਕਲਰ ਦਾ ਪੀਸ ਆ 14,200 ਦੀ ਰੇਂਜ ਦੇ ਵਿੱਚ, ਜੰਪ ਸੂਟ। ਲੋ ਜੀ ਆ ਗਿਆ ਅਨਾਰਕਲੀ, ਕਹਾਂ ਚਲੀ ਆਸ਼ੂ ਕੀ ਹੱਟੀ ਪੇ ਚਲੀ, ਆ ਨਾਲ ਆ ਲੰਦਾ ਛੱਡੀਓ ਬਣੀ ਆ ਲੋ ਜੀ ਅਨਾਰਕਲੀ ਸਟਾਈਲ, ਪੂਰਾ ਫਰੰਟ ਹੈ ਵੀ, ਪੂਰਾ ਫਰੰਟ ਦਬਕੇ ਦਾ ਕੰਮ ਹੋਇਆ, ਬਹੁਤ ਹੀ ਪਿਆਰੀ ਨਾਰਕਲੀ ਹੈ ਜੀ। ਹੁਣ ਦਿਖਾਓ ਬੈਕ, ਜਿਹੜੇ ਭਾਜੀ ਭੋਲੇ ਜੇ ਮੂੰਹ ਨਾਲ ਕਹਿ ਦਿੰਦੇ ਆ ਉਹ ਨਹੀਂ ਹੁੰਦਾ ਹੈਗਾ ਭਾਜੀ, ਨਾਰਕਲੀ ਦਾ ਫੈਸ਼ਨ ਹੀ ਇੰਨੇ ਹੀ, ਉਹ ਆਸ਼ੂ ਦੀ ਹੱਟੀ ਦੇ ਆਜੋ, ਫੈਸ਼ਨ ਹੀ ਫੈਸ਼ਨ ਕਰਦੇ ਨੇ ਭਾਜੀ। ਆ ਲੋ ਜੀ ਬੈਕ, ਫਰੰਟ ਬੈਕ, ਆਸ਼ੂ ਦੀ ਹੱਟੀ ਤੇ ਹਰ ਚੀਜ਼ ਦਾ ਫੈਸ਼ਨ ਆ, ਹਰ ਚੀਜ਼ ਦਾ ਆ ਇਹਨਾ, ਪੂਰਾ ਫਰੰਟ ਤੇ ਕਰੇਪ ਮਸ਼ੀਨ ਦੀ ਸਲਵਾਰ ਆ ਤੇ ਦੁਪੱਟਾ ਨਾਲ ਆ ਜਾਣਾ ਫੋਰ ਸਾਈਡ ਦੁਪੱਟਾ। ਪਹੁੰਚੇ ਦਿਖਾ ਦਿਓ ਜਰਾ, ਆ ਪਹੁੰਚੇ ਸਪੈਸ਼ਲ ਤਿਆਰ ਕਰਾਏ ਤੇ ਦੁਪੱਟਾ ਦਿਖਾਓ ਭਾਈ ਨਾਲ, ਦੁਪੱਟਾ ਫੋਰ ਸਾਈਡ ਬੋਰਡਰ। ਆ ਲੋ ਜੀ ਉਦਾਂ ਰੇਟ ਹੈਗਾ 48,500, ਆਪਾਂ ਦੇ ਦੇਣੀ ਤੁਹਾਨੂੰ ਸਿਰਫ 21,300 ਰੁਪਏ ਦੇ ਵਿਚ ਜੀ। ਇੱਕ ਹੋਰ ਚੈੱਕ ਕਰਿਓ, ਰੋਜ਼ ਸਿੱਖ ਦੇ ਵਿਚ ਪੀਸ ਆਇਆ ਭਾਜੀ, ਪਾਕਿਸਤਾਨੀ ਲੌਂਗ ਸ਼ਰਟ ਦਾ, ਵਾਕਈ ਰੋਜ਼ ਸਿਲਕ ਦੇ ਵਿਚ ਆਈ ਭਾਜੀ, ਪਿਓਰ ਰੋਜ਼ ਸਿਲਕ ਲੱਗੀ ਆ ਜੀ, ਕਲਰ ਨਵਾਂ ਆਇਆ ਨਵਾਂ ਸ਼ੇਡ ਭਾਜੀ, ਆ ਫਰੰਟ ਬਣਿਆ ਆ, ਆ ਫਰੰਟ ਚੈੱਕ ਕਰ ਲਿਓ ਭਾਜੀ, ਛੋਟਾ ਜਿਹਾ ਨੈਕ ਬਣਿਆ, ਆ ਬੈਕ ਨੈਕ ਦੇਖਿਓ ਭਾਜੀ। ਓਏ ਹੋਏ ਹੋਏ, ਕਿੱਥੋਂ ਲਿਆਨੇ ਆ ਏਦਾਂ ਦੇ ਸਰੂਫੇ ਭਾਜੀ? ਇਹ ਭਾਜੀ ਡਾਇਰੈਕਟ ਆਂਦੇ ਬੰਬੇ ਤੋਂ ਡਿਜ਼ਾਈਨਿੰਗ ਆ। ਆ ਦੇਖੋ ਲੌਂਗ ਸ਼ਰਟ ਆਈ ਹੈ ਜੀ, ਪੂਰੀ ਲੌਂਗ ਸ਼ਰਟ ਭਾਜੀ, ਪੈਂਟ ਨਾਲ ਬਣ ਕੇ ਆਈ ਹੈ ਜੀ, ਤੇ ਨਾਲ ਦੁਪੱਟਾ ਦੇਖਿਓ ਭਾਜੀ, ਆ ਯਾਨੀ ਪੈਂਟ ਭਾਜੀ। ਕਲਰ ਦਾ ਨਾਂ ਕਿਹੜਾ ਆਇਆ ਜੀ? ਇਹਨੂੰ ਕਹਿੰਦੇ ਗੇਰੂਆ, ਗੇਰੂਆ ਗਾਜਰੀ, ਗਾਜਰੀ ਕਲਰ, ਕੈਰਟ, ਕੈਰਟ ਗਾਜਰੀ, ਗਾਜਰੀ ਕਹਿ ਰਿਹਾ ਕੋਈ, ਗੇਰੂਆ ਕਹਿ ਰਿਹਾ ਕੋਈ, ਕੈਰਟ ਕਹਿ ਰਿਹਾ, ਤੁਸੀਂ ਕਿਮਟਾ ਮਾਸ ਵੀ ਨਾਲ ਕਿਹੜਾ ਤੁਹਾਨੂੰ ਨਿਗਾਹ ਜਾ ਰਿਹਾ। ਮੈਂ ਤਾਂ ਭਾਜੀ ਇਹਨੂੰ ਕਹਿੰਦਾ ਲਾਈਟ ਰੈਡ ਕਲਰ ਆਏ, ਲਾਈਟ ਰੈਡ ਭਾਜੀ ਕੈਰਟ। ਆ ਦੇਖੋ ਨਾਲ ਦੁਪੱਟਾ, ਫੋਰ ਸਾਈਡ ਦੁਪੱਟਾ ਨਾਲ ਨੈਟ ਦੇ ਉੱਤੇ ਸਾਰਾ ਵਰਕ ਹੋਇਆ ਪਿਆ ਭਾਜੀ, ਪੇਸਟਿੰਗ ਹੋਈ ਪਈ ਸਾਰੀ ਪ੍ਰੋਪਰ ਭਾਜੀ, ਪੀਸ ਵਾਕਈ ਹੈ ਪੀਸ, ਇਹਦਾ ਹੋ ਗਿਆ ਰੇਟ ਤੁਸੀਂ ਪਤਾ ਕੀ ਇਹਦਾ ਭਾਜੀ? ਕੀ ਹੈ ਜੀ? ਸਿਰ ਤੁਹਾਨੂੰ ਪੈਣਾ 16,600 ਰੁਪਏ ਰੇਂਜ, ਤੁਹਾਡਾ ਆਪਣਾ ਪੀਸ ਆਲਾ ਪੀਸ। ਹਾਂਜੀ ਭਾਜੀ, ਭਾਜੀ 3500 ਮੀਟਰ ਕੱਪੜਾ ਆਲਾ ਕਿਹੜਾ ਰੋਜ਼ ਲਗਾ ਆ, ਪਿਓਰ ਖਾਦੀ ਸਿਲਕ ਦੇ ਵਿੱਚ ਪੀਸ ਬਣਿਆ ਇਹ ਭਾਜੀ, ਪੀਸ ਸਿਰਫ ਕੋਲਡ ਕਾਫੀ ਪੀਣ ਆਇਆ, ਕੋਲਡ ਕਾਫੀ ਪੀ ਕੇ ਹੋ ਲੱਗਾ ਫੁਰ, ਇਹ ਤਾਂ ਵਾਕਈ ਭਾਈ ਹੋ ਗਿਆ ਭਾਜੀ। ਆ ਡਿਜ਼ਾਈਨ ਨਹੀਂ, ਹਾਂਜੀ ਹਾਂਜੀ ਮਿਲ ਜੂਗਾ ਜੀ, ਆਇਓ ਦੁਕਾਨ ਤੇ, ਆ ਡਿਜ਼ਾਈਨ ਨਹੀਂ ਰੁਕਣਾ ਤੇ ਨਾ ਰੁਕ ਸਕਦਾ ਜੀ। ਇਹ ਭਾਈ ਕੱਲ ਵੀ ਪਾਰਸਲ ਆਇਆ ਸੀ, ਗਲ ਘੇਰਾ ਆ ਗਿਆ, 100 ਵੀ ਸਹਾਣਾ, ਬਿਲਕੁਲ ਆ ਦੁਪੱਟਾ ਆ ਗਿਆ ਨਾਲ ਭਾਜੀ। ਇਹ ਡਿਜ਼ਾਈਨ ਤੁਹਾਨੂੰ
ਆਸ਼ੂ ਦੀ ਹੱਟੀ ਦੇ 12 ਮਹੀਨੇ 30 ਦਿਨ ਦੇਖਣ ਨੂੰ ਮਿਲੂਗਾ। ਕਈ ਵੇਲੇ ਕੋਈ ਰੰਗ ਛੋੜ ਹੋ ਗਿਆ, ਉਹਦੀ ਗੱਲ ਵੱਖਰੀ ਆ, ਡਿਜ਼ਾਇਨ ਨਹੀਂ ਖਤਮ ਹੋਣ ਦਿੰਦੇ। 12 ਮਹੀਨੇ 30 ਦਿਨ ਡਿਜ਼ਾਇਨ ਦੇਖਣ ਨੂੰ ਮਿਲੂਗਾ ਵਾਲਾ ਤੁਹਾਨੂੰ। ਆ ਲਓ ਜੀ ਰੰਗਾ ਮੈਚਿੰਗ ਬੜੀ ਪਿਆਰੀ, 12 ਮਹੀਨੇ 30 ਦਿਨ ਇਹ ਵਾਲਾ ਡਿਜ਼ਾਇਨ। ਹਾਂਜੀ ਤਿੰਨ ਰੰਗ ਨੀ, 8 ਰੰਗ ਤੇ ਰੰਗ 8 ਤੋਂ ਵੱਧ ਵੀ ਪਾਲੇ ਆ। ਵਾਈਟ ਬਲੈਕ ਵੀ ਪਾਇਆ, ਬਲੈਕ ਤਾਂ ਆਇਆ ਹੀ ਆਇਆ, ਇਹ ਗੋਫ ਵਾਈਟ ਵਾਈਟ ਵੀ ਤਿਆਰ ਕੀਤਾ, ਮਹਿਰੂਨ ਰੈਡ ਵੀ ਆ, ਪਰਪਲ ਪਲਮ ਸਾਰੇ ਰੰਗ ਇਹਦੇ ਵਿੱਚ ਹੀ ਆ। ਅਜੇ ਰੈਡ ਕਲਰ ਵੀ ਆਣਾ ਆ, ਕੌਫੀ ਵੀ ਆਣਾ, ਚੋਕਲੇਟੀ ਸਾਰੇ ਰੰਗ ਬਣਾਉਣੇ ਇਹਦੇ ਵਿੱਚ। ਕਿਆ ਕਰਨਾ ਗਿਆ ਰਾਮਾ ਗ੍ਰੀਨ ਭਾਜੀ, ਮੂੰਹ ਦੱਸਿਓ ਕਲਰ ਚਾਹੀਦਾ ਕਿਹੜਾ, ਹੌਟ ਪਿੰਕ ਵੀ ਲਿਆ, ਰੈਡ ਵੀ ਲਿਆ, ਖੋਲੋ ਵੀ ਜਿਹੜਾ ਜੀ ਦੁਪੱਟਾ ਦੇਖੋ ਬੜਾ ਹੀ ਪਿਆਰਾ ਦੁਪੱਟਾ, ਫੋਰ ਸਾਈਡ ਭਾਜੀ ਰੇਟ ਵੀ ਦੱਸ ਦੋ, ਪਿਛਲੀ ਵਾਰੀ ਤੁਸੀਂ ਰੇਟ ਨੀ ਦੱਸ ਕੇ ਗਏ ਸੀ, 5490 ਇਹਨਾਂ ਕਿਤੋਂ ਲੱਭੇ ਪਾਕਿਸਤਾਨੀ ਸਟਾਈਲ ਆਇਆ ਭਾਜੀ, ਸ਼ੇਰਵਾਨੀ ਡਿਜ਼ਾਈਨ ਐਂਕਲ ਲੈਂਥ ਨਾਲ, ਉਹ ਵੀ ਪੂਰੀ ਹੈਵੀ ਆ ਜੀ, ਸਟਾਈਲ ਦੇਖੋ ਬਣਿਆ ਆ, ਏਦਾਂ ਦੇ ਸਰੂਪੇ ਲੈਣੇ ਤੇ ਬੰਗਾ ਰੋਡ ਤੇ ਆਜੋ, ਬੰਗਾ ਰੋਡ ਤੇ ਫਰੰਟ ਕਾਰਡ ਦੇ ਨਾਲ ਮੂੰਹ ਦੱਸੋ ਕਿਹੜਾ ਸਟਾਈਲ ਦੇਖਣਾ, ਉਹ ਆਸ਼ੂ ਦੀ ਹੱਟੀ ਤੇ ਹਰ ਵੇਲੇ ਅਵੇਲੇਬਲ ਮਿਲੇਗਾ ਤੁਹਾਨੂੰ। ਵਾਕਈ ਬਈ ਸਹੀ ਗੱਲ, ਇੱਕ ਮਾਣੇ ਬੇਟਾ ਪੀਸ ਖੋਲਿਓ, ਆ ਸਾਰੇ ਖੋਲ ਦੋ, ਆ ਲੋ ਜੀ ਇੱਕ ਆ ਪੀਸ ਆਇਆ 650 ਰੁਪਏ ਵਿੱਚ ਜੀ, ਲੋ ਜੀ 650 ਰੁਪਏ ਦੇ ਵਿੱਚ ਆਈ ਮੁਸਲੀਨ ਬੇਸ ਦੇ ਵਿੱਚ, ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ। ਆਲੋ ਦੁਪੱਟੇ ਸਾਰਿਆਂ ਨਾਲ ਕਢਾਈ ਵਾਲੇ ਆ, ਮਸਲੀਨ ਦੇ ਦੁਪੱਟੇ, ਰੇਟ ਕੀ ਆ 650। ਕੱਲੇ ਤੁਹਾਡੇ ਕੋਲ ਕੱਪੜੇ ਦੇ ਪੈਮ ਨਹੀਂ ਲੈਣੇ ਪਏ, 650 ਰੁਪਏ ਦੇ ਵਿੱਚ ਆ ਨਹੀਂ ਹੈਗਾ, ਆ ਨਹੀਂ ਹੈਗਾ, ਨਹੀਂ ਲਾ ਦੇ, ਇਹ ਨਹੀਂ ਹੈਗਾ, ਅੱਛਾ ਇਹ ਮਹਿੰਗਾ ਵਾ, ਆ ਰੰਗੋਲੀ ਕੋਲ ਆ ਲੋ ਜੀ ਆ ਵੀ ਪੈਣਾ 650। ਆਸ਼ੂ ਦੀ ਹੱਟੀ ਤੋਂ ਸਸਤਾ ਲਿਆ ਕੇ ਦਿਖਾ, ਆ ਲੋ ਜੀ 650 ਰੁਪਏ ਦੇ ਵਿੱਚ ਜੀ। ਜੇ ਆਪਾਂ ਕੱਲਾ ਕੱਪੜਾ ਲੈਣ ਜਾਈਏ ਕੱਪੜਾ ਨੀ ਮਿਲਣਾ ਤੁਹਾਨੂੰ, ਉਹ ਵੀ ਤੁਹਾਨੂੰ 750 ਦਾ ਮਿਲਣਾ, ਇੱਥੇ ਕਢਾਈ ਕੀਤਾ ਸੂਟ ਤੁਹਾਨੂੰ ਦੇ ਦੇਣਾ 650 ਰੁਪਏ ਦੇ ਵਿੱਚ, ਸਲਵਾਰਾਂ ਵੀ ਕੱਢੀਆਂ ਹੋਈਆਂ, ਦੁਪੱਟੇ ਵੀ ਭਾਰੇ ਆ, ਆ ਲੋ ਜੀ ਬੋਟਮ ਦੇ ਵਰਕ ਵੀ ਆ, 650 ਰੁਪਏ ਦੇ ਵਿੱਚ ਜੀ, ਸੂਟ ਰਹਿ ਗਏ 10, ਆ ਲੋ ਜੀ 650 ਰੁਪਏ ਦੇ ਵਿੱਚ ਜੀ, ਬਾਜੂ ਦੇ ਵਰਕ, ਆ ਲੋ ਜੀ ਬੈਕ ਦਾ ਗਲਾ ਗਿਆ, ਹੁਣ ਦਿਖਾ ਫਰੰਟ, ਕੱਟ ਵਾਲਾ ਫਰੰਟ ਕੱਟ, ਆ ਨਾਲ ਬਾਜੂ ਵੀ ਨਾਲ ਆਈ, ਬਾਜੂ ਨਾਈਸ, ਬੜਾ ਹੀ ਪਿਆਰਾ ਪੀਸ ਆ ਜੀ। ਆ ਦੇਖੋ ਇੱਕ ਆ ਲੈ ਗਿਆ ਭਾਜੀ, ਵੱਡਾ ਸਾਈਜ਼ ਡਬਲ ਐਕਸਲ, ਅਲਟੀਮੇਟ
ਚਾਹ ਵੀ ਬਣੇ ਹੋਏ ਆ, ਘੇਰਾ ਵੀ ਬਣਿਆ, ਤੇ ਆ ਕੀ ਆ ਧੋਤੀ ਸਲਵਾਰ, ਅੱਜ ਪੀਸ ਪਾਇਆ ਹੋਊਗਾ ਸਿੱਧੀ ਖੋਲੋ ਬਾਈ ਸਲਵਾਰ ਦੂਏ, ਹਾਂ ਏਦਾਂ ਆ ਲੋ ਜੀ, ਇਹਨੂੰ ਕਹਿ ਦਿੰਦੇ ਧੋਤੀ ਸਲਵਾਰ, ਸਮੋਸਾ ਸਲਵਾਰ, ਸਮੋਸਾ ਵੀ ਕਹਿ ਦਿੰਦੇ ਸਮੋਸਾ ਵੀ ਧੋਤੀ, ਸਮੋਸੇ ਵਾਂਗੂ ਬਣਿਆ ਲੋ ਜੀ, ਬਟਰਫਲਾਈ ਵੀ ਕਹਿ ਦਿੰਦੇ, ਤੇ ਦੁਪੱਟਾ ਫੋਰ ਸਾਈਡ ਦੁਪੱਟਾ ਜੀ, ਆ ਦੇਖੋ ਦੁਪੱਟਾ ਨਾਲ, ਧੋਤੀ ਆ ਚੁੱਕੀ ਸ਼ਲੱਗ ਦੇ ਨਾਲ, ਲਹਿੰਗਾ ਧੋਤੀ ਓਏ ਹੋਏ, ਆਹ ਵਰਕ ਦਿਖਾਈਓ ਭਾਜੀ, ਇਹਨਾਂ ਨੂੰ ਕੀ ਕਹਿ ਦਿੰਦੇ ਆ ਪੰਜਾਬੀ ਚ, ਨੀ ਆ ਕੀ ਆ ਸੇਂਕ ਸੰਕ ਸ਼ੰਕ ਨਾਲ ਲੱਗੀ ਹਾਂਜੀ, ਤੇ ਰੇਟ ਕੀ ਆ ਸਿਰਫ 8500 ਰੁਪਏ ਜੀ, ਓਨਲੀ 8500 ਰੁਪਏ, 8500 8500 ਰੁਪਏ ਦੇ ਵਿਚ ਜੀ, ਇਹ ਹੈਗਾ ਵੀ ਨਾਲੀ ਪਿਓਰ ਡਸ਼ੀਨ ਕਰੇਪ ਦੇ ਆਈ, ਜਿਹਨੂੰ ਕਹਿੰਦੇ ਆ ਫੁੱਲ ਪਿਓਰ ਕਰੇਪ ਡਸ਼ੀਨ, ਇਹਨੂੰ ਕਹਿੰਦੇ ਮਾਡਲਾਂ ਵਾਲੇ ਪੀਸ, ਕਿਹੜੇ ਪੀਸ ਆ ਲੋ ਜੀ, ਮਾਲਟਾ ਔਰੇਂਜ ਕਲਰ, ਇਹਨੂੰ ਕਹਿੰਦੇ ਸ਼ਰਾਰਾ ਲਨਾਰਾ ਸ਼ਰਾਰਾ ਸ਼ਰਾਰਾ ਲੋ ਜੀ, ਸ਼ਰਾਰੇ ਸ਼ਰਾਰੇ ਰੋਡ ਪਗਵਾੜਾ ਤੋਂ ਜੀ, ਰੇਡੀਮੇਡ ਦਾ ਆਪ ਗੋਲਤਾ ਬੰਗਾ ਰੋਡ ਤੇ ਜੀ, ਜੋ ਮਰਜ਼ੀ ਲੈ ਲੋ, ਪੈਂਟਾ ਸ਼ਰਟਾ ਕੰਬਲ ਤੋਲੀਏ ਗਰਾਰੇ ਸ਼ਰਾਰੇ ਅਨਸਟਿਚ ਸੂਟ, ਇੱਕੋ ਛੱਤ ਥੱਲੇ, ਟਾਈਮ ਨਾ ਖਰਾਬ ਕਰੋ, ਮੈਂ ਇੱਕੋ ਗੱਲ ਬਾਰ ਬਾਰ ਕਹਿਣਾ, 12800 ਵਾਲਾ ਪੀਸ ਭਾਜੀ, ਕਿੰਨੇ ਚ ਆਪਾਂ ਦੇਣਾ 7190, ਕੀ ਹੋਇਆ ਤੈਨੂੰ, ਠੀਕ ਆ ਤੂੰ, ਵੱਡੇ ਓਪਨ ਚੈਲੰਜ ਕਰ ਦੇਵਾਂਗੇ ਭਾਜੀ, 7190 8000 ਦਾ ਵੀ ਮਿਲ ਜਾਵੇ, ਆਸ਼ੂ ਦੀ ਹੱਟੀ ਵੱਲੋਂ ਗਿਫਟ ਦਿੱਤਾ ਜਾਊਗਾ ਪੀਸ, ਲੋ ਜੀ 7190 ਦਾ ਪੀਸ ਆ ਜੀ, ਸਕਰੀਨਸ਼ੋਟ ਲੈ ਲੋ, ਟਰਾਈ ਕਰਕੇ ਆਇਓ, ਇੱਕ ਵਾਰੀ ਟਰਾਈ ਕਰਕੇ ਆਇਓ, ਪੀਸ ਦਾ ਰੇਟ ਕੀ ਆ ਮਾਰਕੀਟ, ਸ਼ਰਾਰਾ ਵੀ ਪੂਰਾ ਹੈਵੀ ਆ, ਪਲਾਜ਼ੋ ਪੂਰਾ ਹੈਵੀ ਆ, ਪਲਾਜ਼ੋ ਸ਼ਰਾਰਾ ਪੂਰਾ ਦਿਖਾ, ਆ ਚੱਕ ਬਿਲੋ ਭਾਜੀ, ਜਾਫਾ ਆ ਗਿਆ, ਜਾਫਾ ਜੀ ਪੂਰਾ ਜਾਫਾ ਹੈ ਵੀ, ਹੁਣ ਦਿਖਾ ਜੀ ਸ਼ਰਟ, ਇਹਦੀ ਫੀਲਿੰਗ ਆਣੀ ਹੈ ਲਹਿੰਗੇ ਵਾਲੀ, ਮੈਂ ਕਿਹਾ ਲਹਿੰਗ ਵਾਕਈ ਭਾਈ ਪੀਸ ਆਏ, ਵਾਕਈ ਇਹ ਪੀਸ ਆਈ ਹੈਂਡ ਵਰਕ ਦੇ ਨਾਲ, ਰੇਟ ਕੀ ਆ 7190, ਇਹ ਨਾ ਕਿਤੋਂ 90 ਭਾਜੀ, ਇਹ ਸਰੂਫੇ ਆ, ਸਰੂਫੇ ਆ, ਖੋਲੋ ਭਾਈ ਇੱਥੇ ਤੁਸੀਂ ਆ ਖੋਲੋ, ਓਏ ਓਏ ਦਾਣੀ ਭਾਈ, ਅੱਜ ਕੀ ਕਿੱਥੋਂ ਲਿਆਨੇ ਵੇ ਏਦਾਂ ਦੇ ਪੀਸ, ਚੈੱਕ ਕਰੋ ਜਿਹੜਾ ਸਾੜੀ, ਇਹਨੂੰ ਕਹਿੰਦੇ ਧੋਤੀ ਸਟਾਈਲ ਸਾੜੀ, ਧੋਤੀ ਸਟਾਈਲ ਸਾੜੀ, ਆ ਜਾਣਾ ਸ਼ੋਲਡਰ ਦੇ, ਹਾਂਜੀ ਭਾਜੀ ਇਹ ਏਦਾਂ ਹੀ ਆ ਜਾਣਾ, ਇੱਥੇ ਲਾ ਆਪਣੇ ਬਲੋਜ਼, ਆਪਣੇ ਵਾਲਾ ਬਲੋਜ਼ ਏਦਾਂ ਆ ਜਾਣਾ ਮੋਢੇ ਤੇ, ਮੋਢੇ ਤੇ ਮੋਢੇ ਤੋਂ ਤਿਲਕ ਨਾ ਜਾਵੇ, ਸਿੰਪਲ ਮੋਢੇ ਤੋਂ ਤਿਲਕ ਦਾ ਜਾਵੇ, ਤਿਲਕ ਦਾ ਜਾਵੇ, ਦੁਪੱਟਾ ਮੇਰਾ ਜੋਰ ਜੱਟ ਦਾ, ਪੱਲਾ ਤੇਰਾ ਜੋਰ ਜੱਟਦਾ, ਸਾੜੀ ਦਾ ਪੱਲਾ ਜੋਰ ਜੱਟਦਾ, ਸਾੜੀ ਦਾ ਪੱਲਾ ਆ, ਹਾਂਜੀ ਭਾਈ ਸਾੜੀ ਆ, ਸ਼ਿਲਪਾ ਸ਼ੈਟੀ, ਸ਼ਿਲਪਾ ਸ਼ੈਟੀ
ਇਹ ਫਿਲਮ ਇੰਡਸਟਰੀ ਦਾ ਡਿਜ਼ਾਈਨ ਆ, ਜਿਹੜੀ ਸਾਡੀ ਮਾਡਲ ਆ ਉਹ ਸਪੈਸ਼ਲੀ ਡਿਜ਼ਾਈਨਿੰਗ ਪਾਉਂਦੀ ਆ ਭਾਜੀ ਸ਼ਿਲਪਾ ਸ਼ੈਟੀ। ਹਾਂ ਇਹ ਟੋਪ ਹੈ ਜੀ, ਮੈਂ ਕਿਹਾ ਪੀਸ ਪੁੱਛੂ ਗੇ ਕਿੱਥੋਂ ਲਿਆਂਦਾ ਪੀਸ ਇਹ, ਸੁਪਰ ਸੇਵੀ ਉਪਰ ਤੇ ਰੇਟ ਵੀ ਦੱਸ ਦੋ ਭਾਜੀ ਇਹਦਾ, ਰੇਟ ਹੈਗਾ ਵਾ 12,078 ਰੁਪਏ ਦੇ ਵਿੱਚ ਜੀ ਸ਼ਿਲਪਾ ਸ਼ੈਟੀ। ਚਲੋ ਜੀ ਆ ਖੋਲੋ ਭਾਜੀ, ਯੈਲੋ ਯੈਲੋ ਭਾਜੀ ਇੱਧਰ ਧਿਆਨ ਦਿਓ, ਯੈਲੋ ਯੈਲੋ ਆ ਕੇ ਲੈ ਲੋ ਆਸ਼ੂ ਦੀ ਹੱਟੀ ਦੇ ਯੈਲੋ ਯੈਲੋ ਵੀ ਉਹ ਸਿਲਕ ਦੇ ਵਿੱਚ ਆਈ ਨਾਲ ਕੀ ਇਹਦੇ ਸਲਵਾਰ ਸਲਵਾਰ ਆ ਜੀ ਡਸ਼ੀਨ ਕਰੇਬ ਦੀ ਸਲਵਾਰ ਆ ਜੀ, ਨਾਲ ਆ ਜਿਹੜੀ ਲੌਂਗ ਸ਼ਰਟ ਪੂਰੀ ਹੈਵੀ ਸ਼ਰਟ ਆ ਜੀ, ਪੂਰੀ ਹੈਵੀ ਸ਼ਰਟ, ਵਰਕ ਬੜਾ ਪਿਆਰਾ ਕੀਤਾ ਹੋਇਆ ਵਾ, ਬਹੁਤ ਹੀ ਪਿਆਰਾ, ਜਿੱਦਾਂ ਫਰੰਟ ਆ ਬੈਕ ਸਾਈਡ ਘੁਮਾਓ ਭਾਈ ਡਿੰਪਲ ਭਾਈ ਪੂਰਾ ਪੀਸ ਦਿਖਾਓ। ਮੈਨੂੰ ਲੌਂਗ ਸ਼ਰਟ ਤਾਂ ਦੀ ਲਾ ਦੇ, ਲੌਂਗ ਸ਼ਰਟ ਤਾਂ ਦੀ ਲਾ ਦੇ, ਸਲਵਾਰ ਦੇ ਨਾਲ ਦੀ ਲਾ ਦੇ, ਫਰੰਟ ਬੈਕ ਪੂਰਾ ਬਾਜ਼ੂ ਹੈਵੀ, ਹੁਣ ਦਿਖਾਓ ਦੁਪੱਟਾ ਡਿੰਪਲ ਭਾਈ ਪੂਰਾ ਸੂਟ ਦੀ ਦਿਖਾਣੇ, ਦੁਪੱਟਾ ਵੀ ਦਿਖਾਓ, ਦੁਪੱਟਾ ਵੀ ਦਿਖਾਉਂਗਾ ਪਹਿਲਾਂ ਸ਼ਰਟ ਦਿਖਾਈ, ਚਲੋ ਆ ਲੋ ਜੀ ਸ਼ਰਟ ਵੀ ਦਿਖਾਈ ਜਾਂਦੇ ਆ, ਗਾਂਧੀ ਸ਼ਰਟ ਕੱਲੀ ਦਿਖਾਣ ਦੀ, ਆ ਲੋ ਜੀ ਬਾਜ਼ੂ ਵੀ ਦਿਖਾ ਦਿੰਦੇ ਨਾਲ, ਆ ਸ਼ਰਟ ਲਾ ਕੇ ਵੀ ਦਿਖਾਉਂਗਾ ਭਾਜੀ ਮੈਂ, ਆ ਲੋ ਜੀ ਪੂਰੀ ਲੌਂਗ ਸ਼ਰਟ ਆ, ਲੌਂਗ ਸ਼ਰਟ ਸਲਵਾਰ ਦੇ ਨਾਲ, ਹੁਣ ਦਿਖਾਓ ਹੁਣ ਦਿਖਾਓ ਦੁਪੱਟਾ ਨਾਲ ਭਾਜੀ, ਭਾਜੀ ਦੇਖੋ ਇਹ ਆ ਗਿਆ ਦੁਪੱਟਾ, ਮੇਰੇ ਮੋਢੇ ਤੋਂ ਤਿਲਕ ਦਾ ਜਾਵੇ, ਤਿਲਕ ਦਾ ਜਾਵੇ ਦੁਪੱਟਾ ਮੇਰਾ ਔਰ ਗੰਜੇ ਦਾ, ਔਰ ਗੰਜੇ ਦਾ ਦੁਪੱਟਾ ਜੀ, ਔਰ ਗੰਜੇ ਦਾ ਦੁਪੱਟਾ, ਚਲੋ ਅੱਗੇ ਆ ਵੀ ਕੋਲ ਭਾਜੀ ਰੇਟ ਨੀ ਦੱਸਿਆ, 9,950 9,950 9,950 ਰੁਪਏ ਦੇ ਵਿੱਚ ਜੀ, ਆਲਾ ਪੀਸ ਆ ਜਾਣਾ ਪਲਾਜ਼ੋ ਦੇ ਨਾਲ, ਪਲਾਜ਼ੋ ਵੀ ਕਿਹੜਾ ਦਵਾਂਗੇ, ਕਿੰਨ 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 ਵਾਲਾ, ਬੈਲ ਬੋਟਮ ਸ਼ੇਪ ਵਿਦ ਕਿੰਨ ਕਿੰਨ ਵੀ ਲੱਗੀ ਹੋਈ ਆ, ਆ ਗਿਆ ਪਲਾਜ਼ੋ ਤੇ ਹੁਣ ਦਿਖਾਓ ਜੀ ਲੌਂਗ ਸ਼ਰਟ ਭਾਈ, ਟੋਟਲੀ ਹੈਂਡ ਵਰਕ ਦੇ ਵਿੱਚ ਆਈ, ਸਾਈਜ਼ ਵੀ ਹੈਗਾ ਐਕਸਲ ਐਕਸਲ ਸਾਈਜ਼ ਆਈ, ਐਕਸਲ ਸਾਈਜ਼ ਦੇ ਵਿੱਚ ਪੂਰਾ ਹੈਂਡ ਵਰਕ ਦੇ ਵਿੱਚ, ਪੂਰੇ ਬਾਜੂ ਵੀ ਹੈ ਵੀ ਆ, ਪੂਰਾ ਫਰੰਟ ਵੀ ਹੈ ਵੀ ਆ, ਤੇ ਬੈਕ ਸਾਈਡ ਭਾਜੀ ਬੇ ਪਲੇਨ ਪਲੇਨ ਲਟਕਣ ਲੱਗਿਆ ਜੀ, ਹੁਣ ਦਿਖਾਓ ਦੁਪੱਟਾ, ਕੋਈ 25,000 ਨੀ ਕੋਈ 28,000 ਨੀ, ਇਹਦਾ ਰੇਟ ਹੈਗਾ ਵਾ 14,210 ਰੁਪਏ ਦੇ ਵਿੱਚ ਜੀ, ਪੂਰਾ ਦੁਪੱਟਾ ਵੀ ਨਾਲ ਹੈ ਵੀ ਆ ਜੀ, ਆ ਸਾਰਾ ਹੀ ਟੋਟਲ ਹੈਂਡ ਵਰਕ ਕੀਤਾ ਜੀ, ਟੋਟਲੀ ਹੈਂਡ ਵਰਕ ਲੈ ਦੇ ਸ਼ਰਟ ਪਰਲ ਵਰਕ ਦੀ, ਮੈਨੂੰ ਆਸ਼ੂ ਦੀ ਹੱਟੀ ਤੋਂ, ਲੈ ਦੇ ਸ਼ਰਟ ਪਰਲ ਵਰਕ ਦੀ ਮੈਨੂੰ ਆਸ਼ੂ ਦੀ ਹੱਟੀ ਤੋਂ, ਲੋ ਲੋ ਜੀ ਲੈ ਦੋ ਹੁਣ ਫਟਾਫਟ, ਟਾਈਮ ਨਾ ਖਰਾਬ ਕਰੋ ਫਟਾਫਟ ਆਇਓ, ਉਹ ਵੀ ਸੰਦਰ ਭੇਜਣਾ ਮਣੀ, ਉਹ ਵੀ ਸੰਦਰ ਭੇਜਣੇ ਨਹੀਂ ਆ ਜਿਹੜੇ ਚੱਕਦੇ, ਹਾਂਜੀ ਆ ਲੋ ਜੀ ਆ ਇਹਨੀ ਬੋਟਮ ਗੋਟਾ ਪੱਟੀ ਵਰਕ ਦੇ ਵਿੱਚ ਜੀ, ਗੋਟਾ ਪੱਟੀ ਵਰਕ ਆਈ, ਗੋਟਾ ਪੱਟੀ ਵਰਕ ਦੇ ਵਿੱਚ ਆ ਇਹਨੀ ਸ਼ੋਰਟ ਫਰੋਕ ਪੂਰੀ, ਨਾਲ ਬਾਜੂ ਵੀ ਹੈਵੀ ਆ, ਪੂਰੇ ਬਾਜੂ ਹੈਵੀ ਆਈ ਨਾਲ, ਫਰੰਟ ਐਂਡ ਬੈਕ ਸ਼ੋਰਟ ਫਰੋਕ ਨਾਲ ਆ ਚੁੱਕੀ ਆ ਸਲਵਾਰ, ਫਰੰਟ ਬੈਕ ਸਿੰਪਲ ਆ ਭਾਜੀ, ਫੈਬਰਿਕ ਆਊਗਾ ਬੈਕ ਤੇ ਭਾਈ, ਬੈਕ ਸਿੰਪਲ ਥੋੜੀ ਘੇਰਾ ਬਣਾਇਆ ਬੈਕ ਦਾ, ਬੈਕ ਘੇਰਾ ਫਰੰਟ ਗੋਟਾ ਪੱਟੀ ਸਟਾਈਲ ਤੇ ਦੁਪੱਟਾ ਵੈਰੀ ਨਾਈਸ,
ਆ ਜਿਹੜਾ ਦੁਪੱਟਾ ਪੂਰਾ ਫੋਰ ਸਾਈਡ ਜੀ, ਤੇ ਪ੍ਰਾਈਜ਼ ਇਹਦਾ ਕੀ ਦੇਵਾਂਗੇ, 10,490 ਰੁਪਏ ਦੇ ਵਿੱਚ ਜੀ, ਵੱਡੇ ਚੈਲੰਜ ਦੇ ਨਾਲ ਆ ਭਾਜੀ, ਓਪਨ ਚੈਲੰਜ ਹੈ, 10,490 ਰੁਪਏ ਚ ਪੂਰਾ ਦੁਪੱਟਾ ਵੀ ਹੈਵੀ ਦਿੰਦੇ ਪਏ ਤੁਹਾਨੂੰ ਨਾਲ ਜੀ। ਇਹ ਆਇਆ ਸ਼ਮਾਏ ਬੇਸ ਤੇ, ਆ ਵਿੱਚ ਬਨਾਰਸੀ ਵੀ ਬਣੀ ਹੋਈ ਆ, ਸਕਰੀਨਸ਼ਾਟ ਲੈ ਲਓ ਤੇ ਫਟਾਫਟ ਆ ਜਾਓ। ਇੱਕ ਆਰਟੀਕਲ ਹੋਰ ਦਿਖਾਣਾ ਭਾਜੀ, ਜਲਦੀ ਜਲਦੀ ਕਰੋ। ਲੋ ਭਾਜੀ ਸਾਜਨ ਜੀ ਘਰ ਆਏ, ਪਲਾਜੋ ਸੂਟ ਲਿਆਏ, ਸਾਜਨ ਜੀ ਲੋ ਜੀ ਸਾਜਨ ਵਾਲੇ ਵੀ ਸੂਟ ਆ ਚੁੱਕੇ ਆ, ਸੂਟ ਲਿਆਏ, ਬੋਲੋ ਜੀ ਬੋਲੋ, ਸਾਡੀਆਂ ਭੈਣਾਂ ਵਾਸਤੇ। ਲੋ ਜੀ ਕਹਿੰਦੇ ਸਾਜਨ ਜੀ ਘਰ ਆਏ, ਪਲਾਜੋ ਸੂਟ ਲਿਆਏ, ਆ ਲੋ ਜੀ ਪਲਾਜੋ, ਪੂਰਾ ਹੈਵੀ ਪਲਾਜੋ ਬਣਿਆ ਹੋਇਆ ਜੀ, ਜਿਹਨੂੰ ਕਹਿੰਦੇ ਜਾਫਾ, ਵਿਦ ਕਿਨ ਕਿਨ ਵੀ ਲੱਗੀ ਹੋਈ ਆ, ਬੜਾ ਹੀ ਪਿਆਰਾ ਪੀਸ ਆ ਜੀ। ਆ ਲੋ ਜਿੱਦਾਂ ਫਰੰਟ ਉਹਦੇ ਬੈਕ, ਫਰੰਟ ਦਾ ਗਲਾ ਹੈਗਾ ਵਾ ਵੀ ਸ਼ੇਪ ਜਾਣਾ ਦਾ ਨੀ ਭਾਜੀ, ਫਰੰਟ ਹੈਗਾ ਭਾਜੀ ਵੀ ਨੈਕ ਤੇ ਬੈਕ ਹੈਗਾ ਭਾਜੀ ਬ੍ਰੋਡ ਨੈਕ ਤੇ ਬਾਜੂ ਘੇਰਾ ਸੋਹਣੀ, ਇੱਧਰ ਲਿਆ ਭਾਜੀ ਕਹਿੰਦੇ ਸਾਜਨ ਜੀ ਘਰ ਆਏ, ਪਲਾਜੋ ਸੂਟ ਲਿਆਏ। ਆ ਲੋ ਦੁਪੱਟਾ ਨਾਲ ਆ ਜਾਣਾ ਚਨੋ ਦਾ, ਸੇਮ ਸੂਟ ਦਾ ਜਿਦਾ ਫਰੰਟ ਬਣਿਆ ਉਦੀ ਬੈਕ ਆ, ਤੇ ਬਾਜੂ ਬੜੇ ਪਿਆਰੇ ਆ। ਇਹਦੀ ਸ਼ਰਟ ਆ ਜਾਣੀ ਥੋੜੀ ਸ਼ੋਰਟ ਸ਼ਰਟ ਆਈ, ਆ ਨਾਲ ਬਾਜੂ ਬਣੇ ਹੋਏ ਆ। ਉਦਾ ਰੇਟ ਇਹਦਾ ਹੈਗਾ 25,500, ਆਪਾਂ ਦੇ ਦੇਣਾ ਵਾ 13,153 ਰੁਪਏ ਚ ਜੀ ਭਾਜੀ, 13,153 ਰੁਪਏ ਦਾ ਤੁਹਾਡਾ ਆਪਣਾ ਪੀਸ, ਉਹ ਵੀ ਹੈਂਡ ਵਰਕ ਦੇ ਵਿੱਚ ਭਾਜੀ, ਫਰੰਟ ਔਰ ਬੈਕ ਸੇਮ, ਇਹਨੂੰ ਕਹਿੰਦੇ ਸਾਜਨ ਜੀ ਘਰ ਆਏ, ਨਾਰਾਜ਼ ਹੋ ਗਏ ਤੁਹਾਡੇ ਕੋਲ ਤੁਹਾਨੂੰ ਭਾਜੀ, ਹਾਂਜੀ ਦੁਪੱਟੇ ਦਾ ਨਾਮ ਹੀ ਨਹੀਂ ਲੈ ਰਹੇ ਭਾਜੀ, ਚਨੋਨ ਦਾ ਦੱਸਿਆ ਦੁਪੱਟਾ, ਕਮਲ ਚਨੋਨ ਭਾਈ ਲੱਗੇ ਸਾਰਿਆਂ ਨਾਲ, ਕਮਲ ਚਨੋਨ ਦੇ ਦੁਪੱਟੇ ਹੈਵੀ ਨਾਲ, ਪੂਰਾ ਦੁਪੱਟਾ ਫੋਰ ਸਾਈਡ, ਇਹ ਨੰਬਰ ਪਲੇਟ ਦੇ ਦਿਆ, ਕਿਉਂਕਿ ਚਨੋਨ ਭਾਜੀ ਸੈਮੀ ਵੀ ਆਂਦੀ ਆ, ਪਿਓਰ ਵੀ ਆਂਦੀ ਆ, ਨੰਬਰ ਪਲੇਟ ਦੇ ਦਿਓ, ਇਹਨੂੰ ਕਹਿੰਦੇ ਫੁੱਲ ਪਿਓਰ, ਪਿਓਰ ਕਮਲ ਚਨੋਨ, ਤੇ ਦੁਪੱਟਾ ਵੀ ਐਨ ਪੂਰਾ ਓਕੇ ਰਿਪੋਰਟ ਦੁਪੱਟਾ ਜੀ। ਚਲੋ ਲਓ ਜੀ, ਕਲਰ ਇੱਕ ਉਹ ਵੀ ਆ ਗਿਆ ਸੀ, ਤੇ ਪੀਸ ਇੱਕ ਆ ਵੀ ਆ ਗਿਆ ਭਾਜੀ, ਆ ਦੇਖਿਓ ਰਿਹਾ ਜੀ ਬੋਟਮ ਭਾਜੀ, ਬੋਟਮ ਇਹ ਸਾਰਾ ਮਟੀਰੀਅਲ ਹੈਗਾ ਬਨਾਰਸੀ, ਪਿਓਰ ਬਨਾਰਸੀ, ਕਿਹੜਾ ਮਟੀਰੀਅਲ ਆ ਭਾਜੀ, ਬਨਾਰਸੀ ਸ਼ਰਟ ਆਈ ਭਾਜੀ, ਸਿਲਕ ਦੀ, ਰੋਜ਼ ਸਿੰਘ ਦੀ ਸ਼ਰਟ ਆ ਭਾਜੀ, ਲੈ ਭਾਜੀ ਰੋਜ਼ ਸਿੰਘ ਦੀ ਆਈ ਸ਼ਰਟ, ਆ ਗਈ ਇਹਦੀ ਬੋਟਮ, ਸਾਈਜ਼ ਇਹਦਾ ਹੈਗਾ XXL ਜੀ। ਆ ਲਓ ਜੀ, ਨੀਚੇ ਵਾਲਾ ਨੰਬਰ ਹੋਣਾ ਜੀ, ਉੱਥੇ ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਆ ਜੀ। ਇਹਨੂੰ ਪੰਜਾਬੀ ਚ ਕਹਿੰਦੇ ਭਾਜੀ 44 ਹਾਂਜੀ। ਆ ਲਓ ਜੀ, ਪਿਓਰ ਖਾਦੀ ਸਿਲਕ ਦੀ ਸ਼ਰਟ ਆਈ, ਪਿਓਰ ਖਾਦੀ ਸਿਲਕ ਦੀ, ਇੰਗਲਿਸ਼ ਚ ਕਹਿੰਦੇ ਇਹਨੂੰ XXL। ਆ ਲਓ ਜੀ, ਪੂਰਾ ਫਰੰਟ ਚੈੱਕ ਕਰਿਓ, ਪੂਰਾ ਫਰੰਟ, ਤੇ ਬਾਹਰਲੇ ਕਹਿੰਦੇ 12 ਸਾਈਜ਼। ਲਓ ਜੀ, ਪੀਸ ਕਿਹੜਾ ਹੈ ਭਾਜੀ, ਸਾਜਨ ਜੀ ਘਰ ਆਏ, ਰਾਣੀ ਰੰਗ ਲਿਆ, ਫਰੰਟ ਬੈਕ ਬੜੀ ਸੋਹਣੀ ਭਾਜੀ, ਬੈਕ ਘੁਮਾਓ, ਫਰੰਟ ਉਤੇ ਬੈਕ, ਤੇ ਪ੍ਰਾਈਜ਼ ਆਪਾਂ ਇਹਨਾਂ ਦੇ ਦੇਣਾ ਤੁਹਾਨੂੰ 14,792 ਰੁਪਏ ਦੇ ਵਿੱਚ ਜੀ। ਰਾਧੇ ਜੀ, ਰਾਧੇ ਚੈੱਕ ਕਰ ਲੋ, ਫਰੰਟ ਬੈਕ ਸੇਮ ਆ ਭਾਜੀ, ਇਹ ਕਿੱਥੋਂ ਮਿਲਨੇ ਆ ਤੁਹਾਨੂੰ ਵੀ ਦੱਸ ਦਈਓ, ਆਸ਼ੂ ਦੀ ਹੱਟੀ, ਬੰਗਾ ਰੋਡ, ਫਗਵਾੜਾ ਜੀ। ਓਏ ਹੋਏ, ਮੈਂ ਕਿਹਾ ਭਾਜੀ ਮਿਲਣਾ ਤੁਹਾਨੂੰ ਬੰਗਾ ਰੋਡ ਤੋਂ ਭਾਜੀ, ਇਹ ਕਾ ਪੀਸ ਆਇਆ ਵਾ, ਜਿਹਨੂੰ ਕਹਿੰਦੇ ਮਸਰੀਨਾ ਕਰੇਬ,
ਪਿਓਰ ਮਸਲੀਨ ਪਿਓਰ ਦੇ ਦੁਪੱਟੇ ਨਾਲ ਇਹ ਸੂਟ ਪਾ ਕੇ ਬਾਈ ਬੰਦੇ ਨੂੰ ਗੁੱਸਾ ਨੀ ਆਉਂਦਾ ਆਲਾ ਬਿਲਕੁਲ ਠੰਡਾ ਕੱਪੜਾ ਭਾਜੀ ਜਿੰਨੀ ਡਾਈ ਓਨੇ ਘੱਟ ਇਹਦਾ ਰੇਟ ਹੈਗਾ ਵਾ 1230 ਰੁਪਏ ਜੀ ਬਸ ਹਾਂਜੀ ਪਿਓਰ ਦੇ ਦੁਪੱਟੇ ਨਾਲ ਆਈ ਪਿਓਰ ਦੇ ਜਿਹਨੂੰ ਕਹਿੰਦੇ ਫੁੱਲ ਪਿਓਰ ਦੇ ਬੜਾ ਹੀ ਸ਼ਾਨ 1230 ਰੁਪਏ ਬਾਈ ਦੱਸਤਾ 1230 ਦੇਖੋ ਜੀ ਸਾਰਾ ਬਾਈ ਵਰਕ ਹੋਇਆ ਹੈ ਡੋਰੀਆ ਵਰਕ ਸ਼ੇਰਵਾਨੀ ਸਟਾਈਲ ਉਹ ਪਿੱਛੇ ਖੋਲ ਦੇ ਆ ਬਲੈਕ ਹੋਲੀ ਬਲੈਕ ਕਲਰ ਬਲੈਕ ਕਲਰ ਭਾਈ ਇਹ ਚੈੱਕ ਕਰਿਓ ਇਧਰ ਬਲੈਕ ਕਲਰ ਦਾ ਪੀਸ ਹੈ ਸ਼ੇਰਵਾਨੀ ਸਟਾਈਲ ਬਲੈਕ ਕਲਰ ਦੇ ਵਿੱਚ ਜੀ ਬਲੈਕ ਕਲਰ ਦੇ ਵਿੱਚ ਭਾਜੀ ਮਟੀਰੀਅਲ ਹੈਗਾ ਭਾਜੀ ਲਾਈਕਰਾ ਬੈਲਵਟ ਲੈਕਰਾ ਬੈਲਵਟ ਹਾਂਜੀ ਭਾਜੀ ਨਵਾਂ ਮਟੀਰੀਅਲ ਆਇਆ ਲਾਈਕਰਾ ਬੈਲਵਟ ਫਰੰਟ ਕੱਟ ਦੇ ਨਾਲ ਜੀ ਫਰੰਟ ਕੱਟ ਦੇ ਨਾਲ ਇਹ ਪਾਕਿਸਤਾਨੀ ਸਟਾਈਲ ਰੋਸਿਕ ਦੀ ਆਉਗੀ ਇਹਦੀ ਪੈਂਟ ਕੋਈ ਕੱਪੜਾ ਬੜਾ ਸੋਹਣਾ ਵਾ ਭਾਜੀ ਸ਼ੇਰਵਾਨੀ ਆ ਬਹੁਤ ਪਿਆਰੀ ਗਰਲਿਸ਼ ਲੁੱਕ ਕੁੜੀਆਂ ਵਾਸਤੇ ਇਹ ਹੈਗੀ ਲੇਡੀਜ਼ ਸ਼ੇਰਵਾਨੀ ਜੀ ਹਾਂ ਤੇ ਕੋਈ ਗਲਾ ਚੱਕ ਗਰਲਿਸ਼ ਲੁੱਕ ਭਾਜੀ ਨਾਲ ਆਈ ਇਹਦੇ ਵਾਲੇ ਪੀਸ ਖਾਦੀ ਦੀ ਪੈਂਟ ਇਹ ਨਾਲ ਖਾਦੀ ਦੀ ਪੈਂਟ ਕਾਲਾ ਸ਼ਾ ਕਾਲਾ ਮੇਰਾ ਸੂਟ ਬੜਾ ਹੀ ਸੋਹਣਾ ਕਾਲਾ ਸ਼ਾ ਕਾਲਾ ਓ ਕਾਲਾ ਸ਼ਾ ਕਾਲਾ ਮੇਰਾ ਸੂਟ ਬੜਾ ਹੀ ਸੋਹਣਾ ਕਾਲਾ ਸ਼ਾ ਕਾਲਾ ਹਾਂਜੀ ਉਹ ਮਿਲ ਜੂਗਾ ਜੀ ਉਹ ਅਵੇਲੇਬਲ ਹੈਗੇ ਆ ਸੇਮ ਡਿਜ਼ਾਈਨ ਨਹੀਂ ਮਿਲੇ ਡਿਜ਼ਾਈਨ ਹੈਗੇ 4-5 ਡਿਜ਼ਾਈਨ ਹੈਗੇ ਮਿਲ ਜਾਊਗੇ ਤੁਹਾਨੂੰ ਪੀਸ ਘੱਟੋ ਘੱਟ 100-150 ਪੀਸ ਹੈਗਾ ਜੀ ਹਲੇ ਆਇਆ ਅੱਜ ਆਹ ਚੈੱਕ ਕਰੀਓ ਬਾਜ਼ੂ ਭਾਜੀ ਇਹਦਾ ਪ੍ਰਾਈਜ਼ ਆਣਾ ਹਲੇ ਮੈਂ ਭਾਜੀ ਪਾਰਸਲ ਚੋਂ ਕੱਢ ਕੇ ਇੱਦੇ ਲੈ ਆਇਆ ਪਹਿਲਾਂ ਪਾਰਸਲ ਚੋਂ ਲੱਖ ਜਾਓ ਭਾਈ ਫਿਰ ਰੇਟ ਵੀ ਚੈੱਕ ਕਰਾਉਣਾ ਨਾ ਰੇਟ ਇੰਸਟਾਗ੍ਰਾਮ ਤੇ ਮੈਂਸ਼ਨ ਹੋ ਜਾਊਗਾ ਭਾਜੀ ਆਪਾਂ ਦੱਸੀ ਦੇਣਾ ਹੁਣੇ ਪਾਰਸਲ ਮਿਲ ਦੇਵੇ ਭਾਜੀ ਆਹ ਲੋ 20 ਨੈਕ ਦੇ ਨਾਲ ਆ ਸਾਰਾ ਹੀ ਵਰਕ ਆਈ ਭਾਜੀ ਇਹਦਾ ਬਿੱਲ ਚੈੱਕ ਕਰਿਓ ਯਾਰ ਹਾਰਡ ਹੋ ਗਈ ਭਾਜੀ ਨੋ ਜੀ ਕਿੰਨਾ 96-60 ਉਹ ਕਿੰਨੇ ਹੁੰਦੇ ਆ 9660 ਬਸ ਕੀ ਹੋਇਆ ਤੈਨੂੰ ਵੱਡੇ ਚੈਲੰਜ ਦੇ ਨਾਲ ਭਾਜੀ ਇਹਦਾ ਰੇਟ ਵੱਡੇ ਓਪਨ ਚੈਲੰਜ ਦੇ ਨਾਲ ਰੇਟ ਦੇਤਾ ਭਾਜੀ ਹਾਂਜੀ ਮੈਂ ਤੁਹਾਨੂੰ ਦੱਸੀ ਦੱਸਣਾ 650 ਵਾਲੇ ਸੂਟ ਹੈਗੇ ਆ ਇਹ ਆ ਗਈ ਸ਼ੇਰਵਾਨੀ 9660 ਰੁਪਏ ਦੀ ਸ਼ੇਰਵਾਨੀ ਸਿਰਫ 9660 ਬੁਖਾਰ ਤਾਂ ਨਹੀਂ ਕਿਤੇ ਹੋ ਗਿਆ ਬੁਖਾਰ ਭਾਜੀ ਆਪਾਂ ਦੁਨੀਆ ਲਾ ਦੀ ਨੀ ਦੁਨੀਆ 9660 ਹਾਂਜੀ ਬਸ ਕੀ ਕਰੀ ਜਾਂਦਾ ਭਾਈ ਇਹ ਆ ਲੋ 20 ਨੈਕ ਦੇ ਨਾਲ ਕੱਪੜਾ ਬੜਾ ਹੀ ਸ਼ਾਨਦਾਰ ਆ ਜਿਹਨੂੰ ਕਹਿੰਦੇ ਆ ਇੱਥੇ ਕੁਝ ਵੀ ਹੋ ਸਕਦਾ ਪਿਓਰ ਮਸਲੀਨ ਤੇ ਦੁਪੱਟਾ ਨਾਲ ਆਣਾ ਪਿਓਰ ਮਸਲੀਨ ਦਾ ਹੀ ਦੁਪੱਟਾ ਚੈੱਕ ਕਰੀਓ ਓਏ ਹੋਏ ਹੋਏ ਦੁਪੱਟਾ ਐਂਡਲੈਸ ਦੁਪੱਟਾ ਜੀ ਤੇ ਰੇਟ ਕੀ ਦੇ ਦੇਣਾ ਆਪਾਂ ਸਿਰਫ 3590 ਇਹ ਨਾ ਕਿਤੋਂ ਲੱਭੇ ਜੀ ਸਿਰਫ 3590 ਬਾਂਟੇ ਭਾਈ ਲੈ ਆਓ ਇੱਧਰ ਤੁਸੀਂ ਵੀ ਆ ਜਾਓ ਆ ਲਿਆਓ ਬਾਂਟੇ ਭਾਈ ਯੈਲੋ ਕਲਰ ਲਿਆਓ ਇੱਧਰ ਰਸਟ ਵੀ ਲਿਆਓ ਭਾਜੀ ਮੈਡਮ ਨੀਤਾ ਅੰਬਾਨੀ ਸਟਾਈਲ ਭਾਜੀ ਆ ਲੱਭਣੇ ਕਿਤੇ ਕੱਪੜੇ ਨਹੀਂ ਲੱਭਣੇ ਮੈਡਮ ਨੀਤਾ ਅੰਬਾਨੀ ਸਟਾਈਲ ਇਹ ਕਿਤੋਂ ਲੱਭਣੇ ਭਾਈ ਜੇ ਕੱਪੜਾ ਲੱਭ ਗਿਆ ਕਢਾਈ ਨਹੀਂ ਲੱਭਣੀ ਜੇ ਦੋਨੇ ਚੀਜ਼ਾਂ ਲੱਭ ਗਿਆ ਸਾਡੇ ਰੇਟ ਨਹੀਂ ਲੱਭਣੇ ਰੇਟ ਵੀ ਲੱਭ ਪਿਆ ਇੱਦਾਂ ਦੇ ਬੰਦੇ ਨਹੀਂ ਲੱਭਣੇ ਆ ਦੇਖੋ ਵੈਰਾਈਟੀ ਵਰਾਇਟੀਆਂ ਮਿਲਣੀਆਂ ਵਰਾਇਟੀਆਂ ਤੇ ਪ੍ਰਾਈਸ ਕੀ ਦੇ ਦੇਣਾ ਆਪਾਂ ਸਿਰਫ 1995 ਇਹ ਕਾਰੀਗਰ ਨਹੀਂ ਲੱਭਣਾ ਜਿਹਨੇ ਸੂਟ ਬਣਾਇਆ ਕਾਰੀਗਰ ਨਹੀਂ ਲੱਭਣਾ ਕਾਕਾ ਨਹੀਂ ਲੱਭਣਾ ਬਾਂਟੇ ਭਾਈ ਲੈ ਗਿਆ ਯੈਲੋ ਕਲਰ ਬਾਂਟੇ ਭਾਈ ਕਾਫੀ ਖੋਲਦਾ ਕਿਹੜਾ ਕੋਲ ਫੜਿਆ ਖੋਲੋ ਖੋਲੋ ਬਾਂਟੇ ਭਾਈ ਖੋਲੋ ਬਾਂਟੇ ਭਾਈ ਕਹਿੰਦੇ ਰੀਝਾਂ ਪੂਰੀਆਂ ਕਰਨੀਆਂ ਰੀਝਾਂ ਆ ਲਈ ਫਰੰਟ ਬੈਕ
ਬਾਬੇ ਦੇ ਗਿਆ ਸੀ ਮੱਥਾ ਟੇਕਣ, ਇਹ ਤਾਂ ਹੀ ਨਹੀਂ ਆਇਆ। ਜੈ ਬਾਬੇ ਦੀ ਮਹਾਰਾਜ, ਗਏ ਦੀ ਆਮ ਪਾਪੜ ਦਾ ਲੈ ਕੇ ਜਾਂਦਾ ਮੇਲੇ। ਆ ਲੋ ਜੀ ਇੱਧਰ ਦੇਖੋ, ਫਰੋਕ ਦੇ ਨਾਲ ਗੋਟਾ ਪੱਟੀ ਵਰਕ ਜੀ, ਨਾਲ ਇਹਦੇ ਦਿਖਾਓ ਕੀ ਪਲਾਜੋ ਆ, ਗਰਾਰਾ ਕੇ ਸ਼ਰਾਰਾ। ਭਾਈ ਨਾਲ ਲੈ ਗਿਆ ਬਈ ਗਰਾਰਾ, ਪਲਾਜੋ, ਗਰਾਰਾ, ਜਾਫਾ। ਆ ਦੇਖੋ ਭਾਜੀ ਜਿਹਨੂੰ ਕਹਿੰਦੇ ਜਾਫਾ। ਭਾਈ ਜੋ ਤੁਰਨਾ ਨਾ ਇੱਦਾਂ ਲੱਗਣਾ ਕਿ ਲਹਿੰਗਾ ਪਾਇਆ ਹੋਇਆ ਭਾਈ, ਲਹਿੰਗਾ। ਪਿੱਛੇ ਗੱਲ ਆ ਜੀ, ਪਲਾਜੋ ਜਿਦਾ ਪਹਿਲੋ ਲੈ ਉਦਾ ਲਾ, ਸੋਹਣਾ ਪਲਾਜੋ, ਬੜਾ ਸੋਹਣਾ ਆ, ਬੜਾ ਮੋਹਣਾ ਪਲਾਜੋ, ਬੜਾ ਸੋਹਣਾ। ਫਰੰਟ ਔਰ ਬੈਕ ਦੋਨੋ ਸੇਮ। ਮੈਂ ਕਿਹਾ ਪਲਾਜੋ ਕਿੰਨਾ ਸੋਹਣਾ, ਤੇ ਫਰੋਕ ਕਿੰਨੀ ਸੋਹਣੀ, ਫਰੋਕ ਕਿੰਨੀ ਸੋਹਣੀ, ਦੁਪੱਟਾ ਵੀ ਸੋਹਣਾ, ਦੁਪੱਟਾ ਵੀ ਸੋਹਣਾ, ਗੋਟਾ ਪੱਟੀ ਦਾ ਵਰਕ ਵੀ ਸੋਹਣਾ, ਤੇ ਰੇਟ ਬੜਾ ਹੀ ਸੋਹਣਾ, 890 ਰੁਪਏ ਦੇ ਵਿਚ ਜੀ, ਪਿਓਰ ਰੋਜ਼ ਸਿਲਕ ਦੇ ਵਿਚ ਆਈ, ਪੂਰਾ ਦੁਪੱਟਾ ਹੈਵੀ, ਇਹਦੇ ਨਾਲ ਆਈ ਆ ਫਰੋਕ। ਦੇਖੋ ਚਮ ਚਮ ਕਰਦਾ, ਦੇਖੋ ਕਰਦਾ ਬਹਿਣਾ, ਥੋੜਾ ਦੱਦ ਲਾਈ ਚ ਕਰਦਾ ਬਹਿਣਾ, ਚਮ ਚਮ ਚਮ, ਜਦੋਂ ਤੁਸੀਂ ਪਾਲਣਾ ਇਹਨੇ ਕਰਨਾ ਛਨ ਛਨ ਛਨ। ਇਹ ਕਿੱਥੇ ਆਣੀ ਆ, ਗਲੇ ਤੇ ਭਾਜੀ ਬੈਲਟ ਵੀ ਨਾਲ ਆਈ। ਇੱਕ ਵਜੇ ਇਹਦਾ ਸਕਰੀਨਸ਼ਾਟ ਲੈ ਲਓ, ਓਪਨ ਚੈਲੇਂਜ ਦੇ ਨਾਲ ਆਈ, ਪਿਓਰ ਸਿਲਕ ਦੇ ਵਿੱਚ ਆਈ। ਆ ਲੋ ਰਿੰਪਲ ਬਾਈ ਲੈ ਗਿਆ ਗਰਾਰਾ, ਲੈ ਦੇ ਮੈਨੂੰ ਸੋਹਣਿਆ ਸ਼ਰਾਰਾ, ਲੱਗਦਾ ਈ ਬੜਾ ਹੀ ਪਿਆਰਾ ਗਰਾਰਾ, ਬੜਾ ਹੀ ਪਿਆਰਾ ਗਰਾਰਾ ਜੀ। ਆ ਦੇਖੋ ਗਰਾਰਾ, ਹੁਣ ਦਿਖਾਓ ਇਹਦੀ ਸ਼ਰਟ ਰਿੰਪਲ ਬਾਈ, ਸ਼ਰਟ ਤਾਂ ਭਾਜੀ ਵਾਓ ਆ ਵਾਓ, ਸਿੱਧਾ ਕਰੀ ਇਹਨੂੰ ਰਘੂ ਵਾਲਾ ਹੈ। ਆ ਆ ਗਿਆ ਗਰਾਰਾ, ਲੱਗਦਾ ਹੀ ਬੜਾ ਪਿਆਰਾ। ਹਾਂਜੀ ਹਾਂਜੀ ਬੋਲੋ ਜੀ ਬੋਲੋ। ਜਦੋਂ ਗਾਹਕ ਸ਼ੋਪਿੰਗ ਕਰਨ ਆਂਦਾ ਆਸ਼ੂ ਦੀ ਹੱਟੀ ਤੇ, ਆ ਜਾਂਦਾ ਉਹਨਾਂ ਨੂੰ ਨਜ਼ਾਰਾ। ਆ ਲੋ ਜੀ ਆ ਐਣੀ ਪੂਰੀ ਸ਼ਰਟ, ਨਾਲ ਦਿਖਾਓ ਦੁਪੱਟਾ ਡਿੰਪਲ ਬਾਈ, ਤੇ ਬੈਗ ਪਹਿਲਾਂ ਦਿਖਾਣੀ ਮੈਂ, ਸਾਰਾ ਕੁਝ ਦਿਖਾਓ ਭਾਈ। ਭਾਜੀ ਇਹਦੇ ਉੱਤੇ ਲਿਖਿਆ ਆ ਮੈਂ ਵੀ ਆਇਆ ਆਸ਼ੂ ਦੀ ਹੱਟੀ ਤੇ ਚਾਹ ਪੀਣ, ਚਾਹ ਪੀਣ। ਆ ਦਿਖਾਓ ਦੁਪੱਟਾ, ਚਨੋਨ ਦਾ ਦੁਪੱਟਾ ਜੀ, ਪਿਓਰ ਚਨੋਨ। ਗਰਮੀ ਆ ਗਈ ਹੁਣ ਕੋਲਡ ਕਾਫੀ ਪੀਣ ਆਉਂਦੇ ਆ। ਤੇ ਰੇਟ ਕੀ ਹੈ ਇਹਦਾ, ਸਿਰਫ ਤੁਹਾਨੂੰ ਰੇਟ ਵੀ ਦੱਸ ਦਿੰਨੇ ਆ, ਪ੍ਰਾਈਸ ਕੀ ਤੇ ਲਗਾ। ਆ ਲਗਾ ਭਾਈ ਪ੍ਰਾਈਸ, ਆ ਲੋ ਜੀ ਸਿਰਫ 13,690 ਰੁਪਏ ਦੇ ਵਿੱਚ ਚਨੋਨ ਦਾ ਦੁਪੱਟਾ ਨਾਲ ਆ ਜੀ। ਆ ਲੋ ਯਾਰ 690 ਭਾਜੀ, ਆ ਕਹਿੰਦਾ ਜੀ ਕੋਲਡ ਕਾਫੀ ਪੀਣ ਆਇਆ, ਕਲਰ ਦੇਖੋ ਬਲੈਕ ਦੇ ਵਿੱਚ ਆਇਆ, ਪ੍ਰਿੰਟਡ ਦੇ ਵਿੱਚ। ਲੋ ਜੀ ਚੰਡੀਗੜ੍ਹ ਵਾਲੇ ਵੀ ਆ ਚੁੱਕੇ ਆ ਜੀ। ਇਹਨੂੰ ਮੈਨੂੰ ਘੱਟ ਤੋਂ ਘੱਟ 2 ਸਾਲ ਹੋ ਗਏ ਵੇਚਦੇ ਨੂੰ ਡਿਜ਼ਾਈਨ ਨੂੰ ਭਾਜੀ, 2 ਸਾਲ। ਕਈ ਡਿਜ਼ਾਈਨ ਵਿਕਦਾ ਭਾਜੀ, ਕਈ ਡਿਜ਼ਾਈਨ ਏਦਾਂ ਦੇ ਹੁੰਦੇ ਆ ਸਾਨੂੰ ਰਿਪੀਟ ਕਰਨੀ ਪੈਂਦੀ ਆ, ਜਿੱਦਾਂ ਆ ਡਿਜ਼ਾਈਨ ਆ ਕਸਟਮਰ ਫੋਟੋ ਲੈ ਕੇ ਆਂਦਾ ਕਿ ਮੈਂ ਸੇਮ ਉਹਦੇ ਨਾਲ ਦਾ ਲੈਣਾ, ਕਹਿੰਦੀ ਮੇਰੀ ਭੈਣ ਨੇ ਪਾਇਆ ਤੇ ਮੈਂ ਵੀ ਪਾਣਾ। ਸਿਰਫ ਭਾਜੀ ਰੇਟ ਹੈਗਾ ਇਹਦਾ ਸਿਰਫ 3500 ਰੁਪਇਆ ਜੀ, ਬਸ 3500 ਰੁਪਏ ਰੇਂਜ ਚ ਕਰੀ ਜਾ ਰਹੇ ਭਾਜੀ। ਕਿੰਨੇ ਸੋਹਣੀ, ਕੋਈ 65 ਸੋਹਣੀ, ਕੋਈ 55 ਸੋਹਣੀ। ਇੱਕ ਆਹ ਦਿਖਾਓ ਭਾਜੀ ਬਲੈਕ ਪੀ, ਇਹਦੀ ਫੜੀ ਇਹਦੀ ਇਹਦੀ, ਤੈਨੂੰ ਬਲੈਕ ਉੱਤੇ ਹੋਇਆ ਬੈਨ, ਇਹਦੇ ਲਾ ਸ਼ਰਟ ਸੁਣ ਭਾਈ ਨਾਲ ਦੁਪੱਟਾ ਲਾ ਦੀ, ਬਲੈਕ ਸੂਟ ਹੋਇਆ ਤੈਨੂੰ ਬੈਨ। ਆ ਲੋ ਬਲੈਕ ਕਲਰ ਬਲੈਕ ਕਲਰ ਆ ਗਿਆ ਗਰਾਰੇ ਦੇ ਨਾਲ, ਪੂਰੇ ਫ੍ਰਿਲ ਆ ਭਾਜੀ, ਵਧੀਆ ਵਧੀਆ ਬਣੇ ਫ੍ਰਿਲ ਭਾਜੀ। 2 ਕਲਰ ਆਂਦੇ ਇਹਦੇ ਵਿੱਚ ਸਪੈਸ਼ਲ, ਇੱਕ ਆਂਦਾ ਵਾਈਟ ਤੇ ਦੂਜਾ ਆਂਦਾ ਬਲੈਕ।
ਦੁਪੱਟਾ ਚੈੱਕ ਕਰ ਲਿਓ, ਦੁਪੱਟਾ ਪੂਰਾ ਹੈਵੀ। ਆ ਦੇਖੋ ਦੁਪੱਟਾ, ਇਹਨੂੰ ਕਹਿੰਦੇ ਚੀਜ਼ਾਂ। ਆ ਗਿਆ ਪੂਰੀ ਸ਼ਰਟ, ਸਿੱਧਾ ਫੜੋ ਇਹਨੂੰ, ਛੱਡ ਦੋ, ਆ ਛੱਡ ਦੋ, ਏਦਾਂ ਫੜ ਲੋ, ਏਦਾਂ ਫੜ ਲੈ। ਫਰੰਟ ਐਂਡ ਬੈਕ ਇਹਨਾਂ ਸ਼ਰਟ ਆਣੀ ਇੱਥੇ ਤੱਕ, ਆ ਦੇਖੋ ਪੀਸ। ਤੇ ਆਪਾਂ ਤੁਹਾਨੂੰ ਪ੍ਰਾਈਸ ਕੀ ਦੇ ਦੇਣਾ ਇਹਦਾ, ਫ੍ਰੀ ਦੇ ਭਾਅ 12,999 ਤੁਹਾਡੀ ਤਬੀਅਤ ਖੁਸ਼ ਹੋਜੂਗੀ ਭਾਈ, ਖੁਸ਼ ਭਾਜੀ। ਫਰੰਟ ਸੇਮ ਆਈ ਇਹਦੀ, ਬੈਕ ਸਾਈਜ਼ ਭਾਜੀ ਹੈਗੇ ਸਾਈਜ਼ 38 ਤੋਂ ਲੈ ਕੇ 44 ਸਾਈਜ਼ ਤੱਕ। ਇਹਦਾ ਰੇਟ ਹੈਗਾ 2190, ਤੇ ਜਿਹੜਾ ਐਕਸਲ ਸਾਈਜ਼ ਆ ਵੱਡੇ ਉਹ ਹੈਗਾ 2290, ਰੇਟ ਇਹਦਾ ਹੈਗਾ 2190। ਚੰਮ ਚਮੁੰਦਾ ਪੀਸ ਆਪਾਂ ਦੇਣਾ 2190, ਜਿਹੜਾ ਵੱਡਾ ਸਾਈਜ਼ ਆ ਉਹ ਮਿਲਣਾ 2290। ਆ ਲੋਈ ਗਰਾਰੇ ਦੇ ਨਾਲ ਪਲਾਜ਼ੋ, ਉਹਦੀ ਲਾਜੇ ਦਾ ਇੱਥੇ ਖੜਾ ਕੀਤਾ ਲੋ ਜੀ, ਇਹਨੂੰ ਕਹਿੰਦੇ ਭਾਜੀ ਗਰਾਰਾ। ਉਹ ਵੀ ਲੈ ਦੇ ਕਿਨ ਕਿਨ ਵਾਲਾ ਗਰਾਰਾ ਭਾਜੀ। ਆ ਗਿਆ ਫਰੰਟ ਭਾਜੀ, ਕੰਮ ਦੇਖਿਓ ਹੈਂਡ ਦੇ ਨਾਲ ਥਰੈਡ ਦਾ ਕੰਮ ਕੀਤਾ ਭਾਜੀ, ਕੋਈ ਨੀ ਟੋਟਲੀ ਹੱਥ ਦਾ ਕੰਮ ਬਣਿਆ ਭਾਜੀ, ਹੈਂਡ ਦੇ ਨਾਲ ਥਰੈਡ ਦਾ ਕੰਮ ਆ, ਸਾਰਾ ਹੈਂਡ ਵਰਕ ਆ ਜੀ, ਟੋਟਲੀ ਹੈਂਡ ਭਾਜੀ। ਦੁਪੱਟਾ ਉਹਦੇ ਉੱਤੇ ਲਿਖਿਆ ਵਾਓ ਭਾਜੀ, ਪਲੇਨ ਦੁਪੱਟਾ ਨੀ, ਕਟਵਰਕ ਸਟਾਈਲ, ਕਟਵਰਕ ਸਟਾਈਲ ਦੁਪੱਟਾ ਹੈ ਜੀ ਨਾਲ। ਆ ਲੋ ਜੀ ਕਟਵਰਕ ਦੁਪੱਟੇ ਨਾਲ, ਤੇ ਆ ਜਾਣੀ ਇਹਦੀ ਸ਼ਰਟ ਭਾਜੀ, ਸ਼ਰਟ ਸਿੱਧੀ ਕਰਕੇ ਫੜੋ ਯਾਰ ਭਾਜੀ, ਫਰੰਟ ਆ ਬੈਕ ਮਾਈਓ ਇਹਦੀ ਯਾਰ। ਆ ਲੋ ਜੀ ਫਰੰਟ ਬੈਕ, ਕੋਈ ਨੀ ਗੱਲ, ਫਰੰਟ ਬਣਿਆ ਬੈਕ ਵੀ ਵੈਰੀ। ਪ੍ਰਾਈਸ ਕੀ ਦੇਣਾ 12,352 ਰੁਪਏ ਦੇ ਵਿੱਚ ਜੀ, ਤੇ ਮਟੀਰੀਅਲ ਹੈਗਾ ਪਿਓਰ ਸ਼ਿਫੋਨ ਦੇ ਵਿੱਚ। ਆ ਲੋ ਬੇਸ਼ਮਾਰ ਕਾਟਨ ਪਈਆ, ਜਿੱਦਾਂ ਦੇ ਮਰਜ਼ੀ ਪੀਸ ਲੈ ਲਓ, ਬੰਗਾ ਰੋਡ ਤੇ ਹੁਣ ਤੁਹਾਡੇ ਕੋਲ ਜਾਦੇ ਲੈਣੇ ਆ, ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਜੀ।